ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨਾਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ। ਅੱਜ ਦਾ ਮੁੱਦਾ ਔਰ ਜਸ ਕ੍ਰੋਸ ਕੰਟਰੀ ਰੋਡ ਟ੍ਰਿਪ ਪਾਵਰਡ ਬਾਈ ਸਲਿੰਗ। ਅੱਜ ਟੀਮ ਪਹੁੰਚੀ ਹੈ ਜੀ ਟਲਕ ਕੈਲੀਫੋਰਨੀਆ, ਜਿੱਥੇ ਅਸੀਂ ਤੁਹਾਨੂੰ ਮਿਲਵਾਵਾਂਗੇ, ਮੁਲਾਕਾਤ ਕਰਾਵਾਂਗੇ ਉਂਗੀਆਂ ਸ਼ਖਸੀਅਤਾਂ ਦੇ ਨਾਲ। ਐਂਡ ਜਿਹੜੀ ਕਿ ਟਰਲਕ ਕੈਲੀਫੋਰਨੀਆ ਵਿਖੇ ਕਾਫੀ ਲੰਬੇ ਸਮੇਂ ਤੋਂ ਪ੍ਰੋਗਰੈਸਿਵ ਵੀ ਹੋ ਰਹੇ ਹਨ। ਇਹਨਾਂ ਵਿੱਚੋਂ ਕਈ ਇੰਜੀਨੀਅਰਸ, ਕਈ ਡਾਕਟਰਸ, ਕਈ ਕਮਿਊਨਿਟੀ ਲੀਡਰਸ, ਕਮਿਊਨਿਟੀ ਅਫੇਅਰਸ, ਕਈ ਸਾਰੀ ਐਨਜੀਓਸ, ਕਈ ਸਾਰੀ ਆਰਗੇਨਾਈਜੇਸ਼ਨਸ ਜੋ ਕਿ ਟਰਲਕ ਕੈਲੀਫੋਰਨੀਆ ਵਿਖੇ ਕੰਮ ਕਰ ਰਹੀ ਹੈ, ਕਈ ਸਾਰੇ ਐਕਟਿਵਿਸਟ ਅੱਜ ਸਾਡੇ ਨਾਲ ਮੌਜੂਦ ਰਹਿਣਗੇ। ਔਰ ਜਿਹੜੇ ਖਾਸ ਗੈਸਟ ਅੱਜ ਮੇਰੇ ਨਾਲ ਪੈਨਲ ਦੇ ਉੱਤੇ ਮੌਜੂਦ ਹਨ, ਉਹਨਾਂ ਨਾਲ ਮੈਂ ਤੁਹਾਨੂੰ ਤਾਰੁਫ ਕਰਾ ਦੇਵਾਂ। ਦਵਿੰਦਰ ਸਿੰਘ ਬੈਂਸ, ਜੀ ਹਾਂ, ਉਹ ਪਰਸਨੈਲਿਟੀ ਜਿਨ੍ਹਾਂ ਨੇ ਕਾਫੀ ਲੰਬੇ ਸਮੇਂ ਤੋਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਇਸ ਧਰਤੀ ਦੇ ਉੱਤੇ ਕਾਮਯਾਬੀ ਹਾਸਲ ਕਰਕੇ ਆਪਣੀ ਪੋਜ਼ਿਟਿਵ ਥਿੰਕਿੰਗ, ਔਰ ਜਿਨ੍ਹਾਂ ਨੇ ਸਿਰਫ ਇੱਕ ਹੀ ਸਿਧਾਂਤ ਆਪਣੇ ਜ਼ਿਹਨ ਦੇ ਵਿੱਚ ਰੱਖਿਆ, ਉਹ ਸੀਗੀ ਵਰਕ ਇਸ ਵਰਸ਼ਿਪ। ਔਰ ਅੱਜ ਔਨ ਦੀ ਓਕੇਜ਼ਨ ਆਫ 550th ਬਰਥ ਐਨੀਵਰਸਰੀ ਆਫ ਗੁਰੂ ਨਾਨਕ ਦੇਵ ਜੀ, ਕੀ ਕੁਛ ਟਰਲਕ ਕੈਲੀਫੋਰਨੀਆ ਵਿਖੇ ਵੇਖਣ ਨੂੰ ਮਿਲੇਗਾ, ਔਰ ਕਿਸ ਤਰੀਕੇ ਦੀ ਸ਼ਖਸੀਅਤ ਹੈ ਦਵਿੰਦਰ ਸਿੰਘ ਬੈਂਸ, ਜਿਨ੍ਹਾਂ ਨੇ ਆਪਣਾ ਕਾਰ ਡੀਲਰਸ਼ਿਪ ਬਿਜ਼ਨਸ ਦੇ ਵਿੱਚ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਇਸ ਧਰਤੀ ਦੇ ਉੱਤੇ ਨਾਮ ਕਮਾਇਆ ਅਤੇ ਨਾਲ ਹੀ ਸਿੱਖਾਂ ਦੀ ਪਹਿਚਾਣ ਨੂੰ ਇੱਕ ਨਵੀਂ ਉਡਾਨ ਦਿੱਤੀ। ਦਵਿੰਦਰ ਸਿੰਘ ਬੈਂਸ ਹੋਰਾਂ ਦਾ ਪ੍ਰੋਫੈਸ਼ਨਲ ਸਫ਼ਰ ਜਿਹਨੂੰ ਅਸੀਂ ਕਹਿ ਸਕਦੇ ਹਾਂ, ਹੁਣ ਸਮਾਜਿਕ ਸਫ਼ਰ ਦੇ ਵਿੱਚ ਔਰ ਅਧਿਆਤਮਕ ਸਫ਼ਰ ਦੇ ਵਿੱਚ ਦਵਿੰਦਰ ਸਿੰਘ ਬੈਂਸ, ਜਿਨ੍ਹਾਂ ਨੂੰ ਟਰਲਕ ਕੈਲੀਫੋਰਨੀਆ ਵਿਖੇ ਹਰ ਉਹ ਕਮਿਊਨਿਟੀ ਲੀਡਰ, ਹਰ ਉਹ ਕਮਿਊਨਿਟੀ ਅਫੇਅਰ ਨਾਲ ਜੁੜਿਆ ਹੋਇਆ ਸ਼ਖਸੀਅਤ, ਜਾਂ ਫਿਰ ਕੋਈ ਵੀ ਕੰਮ ਅਗਰ ਕਮਿਊਨਿਟੀ ਦਾ ਹੁੰਦਾ ਹੈ, ਫੋਰ ਦੀ ਰਿਕੋਗਨੇਸ਼ਨ ਆਫ ਸਿੱਖਿਜ਼ਮ, ਫੋਰ ਦੀ ਰਿਕੋਗਨੇਸ਼ਨ ਆਫ ਸਿੱਖ, ਵਟ ਵੀ ਆਰ, ਵਟ ਇਜ਼ ਆਰ ਕਲਚਰ, ਅਤੇ ਉਹਨੂੰ ਲੈ ਕੇ ਦਵਿੰਦਰ ਸਿੰਘ ਬੈਂਸ ਕਿਵੇਂ ਕਮਿਊਨਿਟੀ ਦੇ ਵਿੱਚ ਧਿਆਨ ਰੱਖਦੇ ਹਨ, ਔਰ ਕਿਵੇਂ ਅੱਜ ਉਹ ਆਪਣੇ ਨਿਵਾਸ ਸਥਾਨ ਵਿਖੇ ਸੱਦੇ ਗਏ ਸਾਰੇ ਮਹਿਮਾਨਾਂ ਦਾ ਸਵਾਗਤ ਵੀ ਕਰਨਗੇ, ਅਤੇ ਨਾਲ ਹੀ 550th ਬਰਥ ਐਨੀਵਰਸਰੀ ਨੂੰ ਲੈ ਕੇ ਦਵਿੰਦਰ ਸਿੰਘ ਬੈਂਸ ਕੀ ਕੁਝ ਸਾਡੇ ਨਾਲ ਇਸ ਮੰਚ ਦੇ ਉੱਤੇ ਰੱਖਣਗੇ, ਇਸ ਉੱਤੇ ਪਾਵਾਂਗੇ ਚਾਨਣਾ। ਆਈ ਵੁੱਡ ਲਾਈਕ ਟੂ ਇੰਟਰੋਡਿਊਸ, ਮੈਂ ਤੁਹਾਨੂੰ ਤਾਰੁਫ ਕਰਾਉਣਾ ਚਾਹੁੰਦਾ, ਦਵਿੰਦਰ ਸਿੰਘ ਬੈਂਸ ਹੋਰਾਂ ਨਾਲ ਮੈਂ ਨਿੱਘਾ ਸਵਾਗਤ ਕਰਦਾ, ਫਤਿਹ ਦੀ ਸਾਂਝ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਵਿੰਦਰ ਜੀ, ਸਭ ਤੋਂ ਪਹਿਲਾਂ ਇਹੀ ਸਵਾਲ ਬਣਦਾ ਹੈ ਕਿ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਫਲਸਫੇ ਹਨ ਉਹਨੂੰ ਕਿਸ ਤਰੀਕੇ ਨਾਲ ਸੈਲੀਬ੍ਰੇਟ ਕਰਨਾ ਚਾਹੀਦਾ? ਸਭ ਤੋਂ ਪਹਿਲਾਂ ਤਾਂ ਇੱਥੋਂ ਗੱਲ ਸ਼ੁਰੂ ਕਰਦੇ ਹਾਂ ਵੀ ਜਦੋਂ ਵੀ ਅਸੀਂ ਕਿਸੇ ਦਾ ਬਰਥਡੇ ਮਨਾਉਣਾ ਹੋਵੇ ਸਾਨੂੰ ਘੱਟੋ ਘੱਟ ਤਰੀਕਾਂ ਦਾ ਸਹੀ ਪਤਾ ਹੋਣਾ ਚਾਹੀਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਸਹੀ ਬਰਥ ਹੈ ਉਹ ਹੈ, ਉਹ ਪੈਂਦਾ ਹੈਗਾ April 13 ਵਿਸਾਖੀ ਦਾ ਪੈਂਦਾ ਹੈ। ਹਿਸਟਰੀ ਵੀ ਸਾਨੂੰ ਇਹੀ ਦੱਸਦੀ ਹੈ। ਤੁਸੀਂ SGPC ਦਾ ਕੈਲੰਡਰ ਦੇਖ ਲਓ, ਨਾਨਕ ਸ਼ਾਹੀ ਕੈਲੰਡਰ ਦੇਖ ਲਓ, ਇਹ ਕਿਸੇ ਨਾ ਕਿਸੇ ਤਰੀਕੇ ਨਾਲ ਸਾਜਿਸ਼ ਦੇ ਨਾਲ ਇਹਨੂੰ ਅਪ੍ਰੈਲ ਤੋਂ ਚੁੱਕ ਕੇ ਅਤੇ ਨਵੰਬਰ ਦੇ ਮਹੀਨੇ ਅਕਤੂਬਰ ਦੇ ਨੰਬਰ ਜੋੜਿਆ ਗਿਆ, ਉਹ ਸਾਜਿਸ਼ ਕੁਛ ਹੋਰ ਹੈ। ਪਰ ਖੈਰ ਚਲੋ, ਬਾਬੇ ਨਾਨਕ ਦਾ ਜਨਮਦਿਨ ਹੈ, ਅਸੀਂ ਭਾਵਾਂ ਰੋਜ਼ ਉਹਨੂੰ ਮਨਾ ਸਕਦੇ ਹਾਂ। ਬਿਲਕੁਲ, ਸੋ ਇਸਦੇ ਉੱਤੇ ਵੀ ਅਸੀਂ ਤਮਾਮ ਜਿਹੜੇ ਸਾਡੇ ਨਾਲ ਅੱਜ ਗੈਸਟ ਪਹੁੰਚੇ ਹਨ ਜਿਹੜੇ ਪੈਨਲ ਦੇ ਵਿੱਚ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਮੈਂ ਤੁਹਾਨੂੰ ਤਾਰੁਫ ਕਰਵਾ ਦੇਵਾਂ। ਮੇਰੇ ਨਾਲ ਮੌਜੂਦ ਹਨ ਵਾਈਸ ਮੇਅਰ ਮੋਡੈਸਟੋ ਦੇ ਮਨਮੀਤ ਗਰੇਵਾਲ, ਉਹਨਾਂ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ, ਉਹਨਾਂ ਦਾ ਅਸੀਂ GIN ਨੂੰ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਸੁਖਮਿੰਦਰ ਸਿੰਘ ਦਿਓਲ ਮੌਜੂਦ ਹਨ ਜੋ ਕਿ ਪ੍ਰੈਜ਼ੀਡੈਂਟ ਹਨ ਟਰਲਕ ਗੁਰਦੁਆਰਾ ਸਾਹਿਬ ਦੇ, ਉਹ ਵੀ ਸਾਡੇ ਨਾਲ ਮੌਜੂਦ ਹਨ, ਉਹਨਾਂ ਦਾ ਵੀ ਅਸੀਂ ਨਿੱਘਾ ਸਵਾਗਤ ਕਰਦੇ ਹਾਂ, GIN ਨੂੰ ਕਰਦੇ ਹਾਂ। ਸਾਡੇ ਨਾਲ ਸੁਰਜੀਤ ਸਿੰਘ ਮੱਲੀ ਮੌਜੂਦ ਹਨ ਜੋ ਕਿ ਕਮਿਊਨਿਟੀ ਐਕਟਿਵਿਸਟ ਹਨ, ਔਰ ਤਮਾਮ ਅਗਰ ਕਮਿਊਨਿਟੀ ਦੀ ਗੱਲ ਨੂੰ ਲੈ ਕੇ ਅਗਰ ਅਸੀਂ ਗੱਲ ਕਰੀਏ 1984 ਸਿੱਖ ਜੈਨੋਸਾਈਡ ਨੂੰ ਲੈ ਕੇ ਸਿਟੀ ਆਫ ਟਰਲਕ ਵਿਖੇ ਉਹਨਾਂ ਨੇ ਰਿਕਗਨੀਸ਼ਨ ਦਵਾਉਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ, ਔਰ ਕਈ ਸਾਰੇ ਤਮਾਮ ਮੁੱਦਿਆਂ ਦੇ ਉੱਤੇ ਉਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ, ਉਹਨਾਂ ਦਾ ਵੀ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਸਾਡੇ ਨਾਲ ਸਰਦਾਰ ਮਨਜੀਤ ਸਿੰਘ ਮੌਜੂਦ ਹਨ ਜੋ ਕਿ ਟਰਕਿੰਗ ਐਂਡ ਫਾਰਮਿੰਗ ਬਿਜ਼ਨਸ ਦੇ ਵਿੱਚ ਹਨ ਟਰਲਕ ਕੈਲੀਫੋਰਨੀਆ ਵਿਖੇ, ਉਹਨਾਂ ਦਾ ਵੀ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਨਾਲੇ ਹੀ ਕਾਫੀ ਲੰਬੇ ਸਮੇਂ ਤੋਂ ਸਿੱਖ ਮਸਲਿਆਂ ਨੂੰ ਲੈ ਕੇ ਉਹਨਾਂ ਨੇ ਹਮੇਸ਼ਾ ਆਪਣੀ ਪਹਿਚਾਣ ਬਣਾਈ ਹੈ, ਹਮੇਸ਼ਾ ਐਕਟਿਵ ਰਹੇ ਹਨ। ਸਾਡੇ ਨਾਲ ਅੰਮ੍ਰਿਤ ਕੌਰ ਢਿੱਲੋਂ ਮੌਜੂਦ ਹਨ ਜੋ ਕਿ ਕਮਿਊਨਿਟੀ ਐਕਟਿਵਿਸਟ ਹਨ ਔਰ ਸਕਸੈਸਫੁਲ ਬਿਜ਼ਨਸ ਐਂਟਰਪ੍ਰੀਨੋਰ ਹਨ, ਉਹਨਾਂ ਦਾ ਵੀ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਸਾਡੇ ਨਾਲ ਹਰਸਿਮਰਨ ਸਿੰਘ ਮੌਜੂਦ ਹਨ ਜੋ ਕਿ ਕਮਿਊਨਿਟੀ ਅਫੇਅਰਸ ਨੂੰ ਲੈ ਕੇ ਕਈ ਤਮਾਮ ਮੁੱਦਿਆਂ ਦੇ ਉੱਤੇ ਆਪਣੀ ਆਵਾਜ਼ ਨੂੰ ਬੁਲੰਦ ਕਰ ਚੁੱਕੇ ਹਨ ਟਰਲਕ ਕੈਲੀਫੋਰਨੀਆ ਵਿਖੇ, ਉਹਨਾਂ ਦਾ ਵੀ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਸਾਡੇ ਨਾਲ ਡਾਕਟਰ ਨਿਸ਼ਾਂਤ ਦੀਪ ਸਿੰਘ ਦਿਓਲ ਮੌਜੂਦ ਹਨ ਜੋ ਕਿ ਪੇਸ਼ੇ ਤੋਂ ਡੈਂਟਿਸਟ ਹਨ, ਉਹ ਵੀ ਸਾਡੇ ਨਾਲ ਅੱਜ ਮੌਜੂਦ ਹਨ, ਉਹਨਾਂ ਦਾ ਵੀ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਜਸਪ੍ਰੀਤ ਕੌਰ ਸਾਡੇ ਨਾਲ ਮੌਜੂਦ ਹਨ ਜੋ ਕਿ ਜਕਾਰਾ ਮੂਵਮੈਂਟ ਨਾਲ ਜੁੜੇ ਹੋਏ ਹਨ, ਸੋ ਤਮਾਮ ਸਵਾਲ ਬੱਚਿਆਂ ਨੂੰ ਆਪਾਂ ਕਿਵੇਂ ਅਮੈਰੀਕਨ ਪੋਲੀਟਿਕਸ ਦੇ ਵਿੱਚ ਲਿਆ ਸਕਦੇ ਹਾਂ ਔਰ ਕਿਵੇਂ
550th birth anniversary ਦੇ ਮੌਕੇ ਜੋ ਕਿ ਗੁਰੂ ਸਾਹਿਬ ਦੇ ਸਿਧਾਂਤ ਸੀਗੇ ਜੋ ਕਿ ਉਹਨਾਂ ਦੇ ਫਲਸਫੇ ਸੀਗੇ ਬੱਚਿਆਂ ਦੇ ਵਿੱਚ ਆਪਾਂ ਕਿਵੇਂ ਲੈ ਕੇ ਆ ਸਕਦੇ ਹਾਂ ਔਰ ਕਿਵੇਂ ਅਸੀਂ ਆਪਣੀ ਨੈਕਸਟ ਜਨਰੇਸ਼ਨ ਨੂੰ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਧਰਤੀ ਦੀ ਚਾਬੀ ਦੇ ਸਕਦੇ ਹਾਂ ਸੋ ਤਮਾਮ ਇਹ ਸਵਾਲ ਅੱਜ ਇਸ ਮੰਚ ਦੇ ਉੱਤੇ ਰਹਿਣਗੇ ਇਹਨਾਂ ਤਮਾਮ ਸਵਾਲਾਂ ਦਾ ਅਸੀਂ ਲਵਾਂਗੇ ਜਵਾਬ ਕਈ ਹੋਰ ਵੀ ਹਸਤੀਆਂ ਕਈ ਹੋਰ ਵੀ ਉਂਗੀਆਂ ਸ਼ਖਸੀਅਤਾਂ ਸਾਡੇ ਨਾਲ ਅੱਜ ਮੰਚ ਦੇ ਉੱਤੇ ਮੌਜੂਦ ਹੈ ਉਹਨਾਂ ਨਾਲ ਵੀ ਮੈਂ ਤੁਹਾਨੂੰ ਤਾਰੂਫ ਕਰਾਵਾਂਗਾ ਫਿਲਹਾਲ ਮੈਂ ਇੱਕ ਨਿੱਕੇ ਜਿਹੇ ਬ੍ਰੇਕ ਲਈ ਰੁਕ ਰਿਹਾ ਜਦ ਬ੍ਰੇਕ ਤੋਂ ਬਾਅਦ ਮੈਂ ਵਾਪਸ ਆਵਾਂਗਾ ਕਰਾਂਗੇ ਅਸੀਂ ਗੱਲਬਾਤ ਔਰ ਜਾਣਾਂਗੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦਵਿੰਦਰ ਸਿੰਘ ਬੈਂਸ ਟਰਲਕ ਕੈਲੀਫੋਰਨੀਆ ਇਸ ਬ੍ਰੇਕ ਤੋਂ ਬਾਅਦ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਹਾਂ ਟਰਲਕ ਕੈਲੀਫੋਰਨੀਆ ਔਨ ਜਸਟ ਕ੍ਰੋਸ ਕੰਟਰੀ ਰੋਡ ਟ੍ਰਿਪ ਪਾਵਰ ਬਾਈ ਸਲਿੰਗ ਦਵਿੰਦਰ ਸਿੰਘ ਬੈਂਸ ਹੋਰਾਂ ਨਾਲ ਮੁਲਾਕਾਤ ਅਸੀਂ ਅੱਜ ਕਰ ਰਹੇ ਹਾਂ ਇਸ ਮੰਚ ਦੇ ਉੱਤੇ ਤਮਾਮ ਸਵਾਲ ਕਿ ਕਿਵੇਂ ਅਸੀਂ ਆਪਣੇ ਬੱਚਿਆਂ ਨੂੰ ਅਮੈਰੀਕਨ ਪੋਲੀਟਿਕਸ ਦੇ ਵਿੱਚ ਜੋੜ ਸਕਦੇ ਹਾਂ ਔਰ ਕਿਵੇਂ ਅਸੀਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸੈਲੀਬ੍ਰੇਟ ਕਰੀਏ ਅਤੇ ਅੱਜ ਜਿਵੇਂ ਦਵਿੰਦਰ ਸਿੰਘ ਬੈਂਸ ਹੋਰਾਂ ਨੇ ਆਪਣੀ ਰਿਕੋਗਨੀਸ਼ਨ ਇਸ ਧਰਤੀ ਦੇ ਉੱਤੇ ਬਣਾਈ ਅਤੇ ਕਿਵੇਂ ਉਹ ਆਉਣ ਵਾਲੀ ਨਵੀਂ ਪਨੀਰੀ ਨਿਊ ਐਂਡ ਨੈਕਸਟ ਜਨਰੇਸ਼ਨ ਨੂੰ ਮੋਟੀਵੇਟ ਕਰਨਾ ਚਾਹੁੰਦੇ ਹਨ ਇਹਨਾਂ ਤਮਾਮ ਸਵਾਲਾਂ ਦੇ ਉੱਤੇ ਜਵਾਬ ਲੈਂਦੇ ਹਾਂ ਅਸੀਂ ਦਵਿੰਦਰ ਸਿੰਘ ਬੈਂਸ ਹੋਰਾਂ ਤੋਂ ਦਵਿੰਦਰ ਜੀ ਜਿਵੇਂ ਕਿ ਅਸੀਂ ਗੱਲ ਕਰ ਰਹੇ ਸੀਗੇ ਸੋ ਆਈ ਵਿਲ ਡੈਫੀਨੇਟਲੀ ਵਾਂਟ ਟੂ ਨੋ ਹਾਊ ਸ਼ੁੱਡ ਵੀ ਸੈਲੀਬ੍ਰੇਟ ਗੁਰੂ ਨਾਨਕ ਦੇਵ ਜੀਜ਼ ਬਰਥ ਐਨੀਵਰਸਰੀ ਦੇਖੋ ਹਰਕੇਰੇ ਜੀ ਇਸ ਤਰ੍ਹਾਂ ਹੈ ਕਿ ਤੁਸੀਂ ਜਦੋਂ ਵੀ ਕਿਸੇ ਸ਼ਖਸੀਅਤ ਦਾ ਬਰਥਡੇ ਮਨਾਉਂਦੇ ਹੋ ਤਾਂ ਮਤਲਬ ਇਹੀ ਹੈ ਕਿ ਉਹਨਾਂ ਦੀ ਜਿਹੜੀ ਸਿੱਖਿਆ ਹੈ ਉਹਨਾਂ ਦੇ ਉੱਪਰ ਪੂਰੇ ਉਤਰਨਾ ਚਾਹੀਦਾ ਹੈ ਅਦਰਵਾਈਜ਼ ਇਟਸ ਨਾਟ ਵਰਥ ਸੈਲੀਬ੍ਰੇਟਿੰਗ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਸਿੱਖਿਆ ਹੈ ਉਹਨਾਂ ਨੇ ਸਾਨੂੰ ਕਰਮ ਕਾਂਡਾਂ ਤੋਂ ਦੂਰ ਕੀਤਾ ਸੀ ਕਰਮ ਕਾਂਡਾਂ ਤੋਂ ਦੂਰ ਮਤਲਬ ਇਹ ਹੈ ਵੀ ਇਨ ਅਦਰ ਵਰਡਸ ਇਟ ਟੇਕਸ ਯੂ ਅਵੇ ਫਰੋਮ ਦ ਬਿਲੀਫ ਆਫ ਗਾਡ ਦੈਟਸ ਕਰਮ ਕਾਂਡ ਸੋ ਜਿੰਨੇ ਕਰਮ ਕਾਂਡਾਂ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਦੂਰ ਕੀਤਾ ਸੀਗਾ ਅਸੀਂ ਉਹ ਤੋਂ ਕਈ ਗੁਣੇ ਜ਼ਿਆਦਾ ਉਹਨਾਂ ਕਰਮ ਕਾਂਡਾਂ ਦੇ ਵਿੱਚ ਅੱਜ ਅਸੀਂ ਫਸ ਚੁੱਕੇ ਹਾਂ ਸਾਡਾ ਸਾਰਾ ਜ਼ੋਰ ਸਿਰਫ ਅਤੇ ਸਿਰਫ ਨਗਰ ਕੀਰਤਨ 'ਤੇ ਹੈ ਗੁਰਪੁਰਬ 'ਤੇ ਹੈ ਲੰਗਰ ਲਗਾ ਲਓ ਵਧੀਆ ਵਧੀਆ 36 ਕਿਸਮ ਦੀਆਂ ਮਿਠਾਈਆਂ ਲਗਾ ਲਓ ਪਰ ਸ਼ਾਮ ਨੂੰ ਸਾਰਾ ਕੁਛ ਮਨਾ ਕੇ ਅਸੀਂ ਘਰ ਆ ਕੇ ਜੋ ਸਿੱਖਿਆ ਬਾਬੇ ਨਾਨਕ ਦੀ ਉਹ ਸਾਰੀ ਅਸੀਂ ਭੁੱਲ ਜਾਂਦੇ ਹਾਂ ਉਹ ਬਹੁਤ ਜ਼ਰੂਰੀ ਹੈ ਸਾਨੂੰ ਜਦ ਤੱਕ ਅਸੀਂ ਉਹਨਾਂ ਦੀ ਸਿੱਖਿਆ ਵੱਲ ਧਿਆਨ ਨਹੀਂ ਦਿੰਦੇ ਫੋਰ ਐਗਜ਼ਾਮਪਲ ਮੈਨੂੰ ਦਿੰਦਾ ਸਭ ਤੋਂ ਬੜੀ ਜਿਹੜੀ ਸੀਗੀ ਵੀ ਉਹਨਾਂ ਨੇ ਕਰਮ ਕਾਂਡਾਂ ਦੀ ਜਿਹੜੀ ਗੱਲ ਕੀਤੀ ਵੀ ਜਿੱਦਾਂ ਬਰਤ ਰੱਖਣਾ ਯੂ ਨੋ ਜਾਂ ਤੁਸੀਂ ਮੂਰਤੀ ਪੂਜਕ ਹੋਣਾ ਜਾਂ ਸਰੀਰ ਦੀ ਕਿਸੇ ਦੀ ਪੂਜਾ ਕਰਨੀ ਗੁਰੂ ਨਾਨਕ ਪਾਤਸ਼ਾਹ ਜਾਂ ਕਿਸੇ ਵੀ ਸਾਡੀ ਗੁਰੂ ਸਾਹਿਬਾਨ ਨੇ ਆਪਣੀ ਹੋਂਦ ਤੱਕ ਆਪਣੇ ਜਿਸਮ ਦੀ ਤਸਵੀਰ ਬਣਾਉਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਸੀ ਦਿੱਤੀ ਸਾਨੂੰ ਅੱਜ ਤੱਕ ਇਹ ਨਹੀਂ ਪਤਾ ਕਿ ਬਾਬੇ ਨਾਨਕ ਦੀ ਅਸਲੀ ਤਸਵੀਰ ਅਸਲੀ ਮੁਖੜਾ ਕਿਹੜਾ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸ਼ਬਦ ਦਾ ਪੁਜਾਰੀ ਬਣਾਇਆ ਦਸਮ ਪਾਤਸ਼ਾਹ ਨੇ ਸਾਨੂੰ ਗੁਰੂ ਗ੍ਰੰਥ ਦੇ ਲੜ ਲਾ ਕੇ ਸਾਨੂੰ ਕਿਹਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਹੈਂਜੀ ਅਤੇ ਹੁਣ ਅਸੀਂ ਮੂਰਤੀਆਂ ਵੀ ਆ ਗਈਆਂ ਮੂਰਤੀ ਪੂਜਕ ਤੋਂ ਵੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬਹੁਤ ਦੂਰ ਹਟਾਇਆ ਔਰ ਵਰਤ ਰੱਖਣ ਦੀ ਜਿੱਥੋਂ ਦੀ ਪ੍ਰਥਾ ਸਿੱਖ ਧਰਮ ਦੇ ਵਿੱਚ ਆਈ ਹੈ ਜਿਹੜੇ ਕਰਮ ਕਾਂਡ ਆਏ ਇਹ ਸਾਰੀਆਂ ਸਾਨੂੰ ਹਿੰਦੂ ਸੰਸਕ੍ਰਿਤੀ 'ਚੋਂ ਆਏ ਨੇ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ 'ਚ ਫਰਮਾਉਂਦੇ ਨੇ ਇੱਕ ਜਗ੍ਹਾ ਦੇ ਵਿੱਚ ਕਹਿੰਦੇ ਨੇ ਅੰਨ ਛੋੜੇ ਕਰੇ ਪਖੰਡ ਨਾਓ ਨਾਰੀ ਨਾਓ ਰੰਡ ਤੋ ਇਹ ਬੜੀ ਗਹਿਰੀ ਚੋਟ ਨਾਨਕ ਪਾਤਸ਼ਾਹ ਨੇ ਵਰਤ ਰੱਖਣ ਵਾਲਿਆਂ 'ਤੇ ਲਗਾਈ ਹੈ ਪਰ ਅਸੀਂ ਉਹ ਨਹੀਂ ਸਮਝ ਸਕੇ ਹਾਂ ਇਹ ਜ਼ਰੂਰ ਹੈ ਆਪਣੇ ਸਰੀਰ ਦੀ ਸਿਹਤ ਵਾਸਤੇ ਤੁਸੀਂ ਖਾਣਾ ਘੱਟ ਖਾਣਾ ਹੈ ਜਾਂ ਕਿਸੇ ਯਾਨੀ ਐਕਸਰਸਾਈਜ਼ ਕਰਨੀ ਹੈ ਦੈਟਸ ਡਿਫਰੈਂਟ ਸਟੋਰੀ ਪਰ ਵਰਤ ਰੱਖ ਕੇ ਅਸੀਂ ਰੱਬ ਨੂੰ ਧਿਆ ਲੈਣਾ ਦੈਟ ਵਾਜ਼ ਟੋਟਲੀ ਆਪੋਜ਼ਿਟ ਦੂਸਰੀ ਗੱਲ ਜਨੇਊ ਨਾ ਪਾਉਣਾ ਆਪਣੇ ਬਜ਼ੁਰਗਾਂ ਅਤੇ ਮਰਿਆਂ ਦੇ ਸਰਾਧ ਕਰਨੇ ਇਹਨਾਂ ਸਾਰਿਆਂ ਦੇ ਖਿਲਾਫ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਡਟ ਕੇ ਪਹਿਰਾ ਦਿੱਤਾ ਸੀਗਾ ਹੁਣ ਤੁਸੀਂ ਅੱਜ ਦੇਖ ਲਓ ਵੀ ਪੰਜਾਬ ਦੇ ਕਿਸੇ ਖੇਤਰ ਚਲੇ ਜਾਓ ਇੱਥੇ ਵੀ ਮੈਂ ਕਈ ਵਾਰੀ ਦੇਖਦਾ ਹਾਂ ਵੀ ਜਦੋਂ ਸਾਡੇ ਬਜ਼ੁਰਗ ਚਲੇ ਜਾਂਦੇ ਨੇ ਅਸੀਂ ਗੁਰਦੁਆਰੇ ਭਾਂਡੇ ਦੇ ਦਿੰਦੇ ਸਰਾਣੇ ਤਕੀਏ ਦੇ ਦਿੰਦੇ ਦੇਣਾ ਜ਼ਰੂਰੀ ਆ ਜੇ ਅਸੀਂ ਇਸ ਕਰਕੇ ਦਿੰਦੇ ਹਾਂ ਕਿ ਇਹ ਮੇਰਾ ਸਮਾਨ ਦਿੱਤਾ ਆ ਮੇਰੇ ਬਜ਼ੁਰਗਾਂ ਦੇ ਕੋਲ ਪਹੁੰਚੇਗਾ ਇਹ ਸਾਡੀ ਮਨਮੱਤ ਹੈ ਮੈਂ ਇੱਕ ਵਾਰੀ ਪੁੱਛਿਆ ਇੱਕ ਪੰਡਿਤ ਜੀ ਨੂੰ ਬੜੀ ਪੁਰਾਣੀ ਗੱਲ ਹੈ ਮੈਂ ਅਜੇ 11ਵੀਂ ਕਲਾਸ ਦਾ ਸਟੂਡੈਂਟ ਸੀਗਾ ਅਤੇ ਮੈਂ ਪੁੱਛਿਆ ਪੰਡਿਤ ਜੀ ਮੈਨੂੰ ਇਹ ਦੱਸੋ ਕਿ ਤੁਸੀਂ ਮੈਨੂੰ ਕਹਿੰਦੇ ਹੋ ਕਿ ਮੇਰੇ ਮਾਂ ਬਾਪ ਦੇ ਜਾਣ ਤੋਂ ਬਾਅਦ
ਅਤੇ ਅਸੀਂ ਉਹਨਾਂ ਨੂੰ ਜਾਂ ਕਿਸੇ ਦੀ ਮਾਂ ਬਾਪ ਦੇ ਜਾਣ ਤੋਂ ਬਾਅਦ ਅਸੀਂ ਉਹਨਾਂ ਨੂੰ ਦੁਬਾਰਾ ਫਿਰ ਦੇਖ ਸਕਦੇ ਹਾਂ। ਅਤੇ ਮੈਂ ਉਹਨੂੰ ਇਹ ਪੁੱਛਿਆ, ਮੈਂ ਕਿਹਾ ਪੰਡਿਤ ਜੀ ਤੁਹਾਡੇ ਮਾਂ ਬਾਪ ਹੈਗੇ? ਕਹਿੰਦੇ ਨਹੀਂ। ਮੈਂ ਕਿਹਾ ਤੁਸੀਂ ਕਦੋਂ ਮਿਲੋਗੇ? ਕਹਿੰਦੇ ਜਦੋਂ ਮੈਂ ਚਲਾ ਗਿਆ। ਮੈਂ ਕਿਹਾ ਮੈਨੂੰ ਇਹ ਦੱਸੋ ਤੁਸੀਂ ਉਹਨਾਂ ਨੂੰ ਪਛਾਣੋਗੇ ਕਿੱਦਾਂ, ਕਿਉਂਕਿ ਉਹਨਾਂ ਦੀ ਪਛਾਣ ਜਿਹੜੀ ਤੁਹਾਡੇ ਨਾਲ ਬਣੀ ਹੋਈ ਹੈ, ਉਹਨਾਂ ਦੇ ਪੰਜ ਭੂਤਕ ਸਰੀਰ ਦੇ ਨਾਲ ਤੁਹਾਡੀ ਉਹਨਾਂ ਦੀ ਪਹਿਚਾਣ ਬਣੀ ਹੋਈ ਹੈ, ਉਹਨਾਂ ਨੂੰ ਤਾਂ ਤੁਸੀਂ ਅਗਨ ਭੇਟ ਕਰ ਦਿੱਤਾ, ਤੁਸੀਂ ਪਛਾਣੋਗੇ ਕਿੱਦਾਂ? ਸੋ ਇਹਨਾਂ ਜਿਹੜੇ ਸਵਾਲਾਂ ਦੇ ਜਵਾਬ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬੜੇ ਹੀ ਸਾਰਥਕ ਤਰੀਕੇ ਨਾਲ ਮਿਲਦੇ ਨੇ। ਅੱਜ ਅਸੀਂ ਗੁਰੂ ਗ੍ਰੰਥ ਦੇ ਅਸੀਂ ਮਾਫ ਕਰਨਾ, ਅਸੀਂ ਮੂਰਤੀ ਪੂਜਕ ਹੋ ਗਏ ਹਾਂ। ਕਈ ਵਾਰੀ ਅਸੀਂ ਜਾਂਦੇ ਹਾਂ ਰੁਮਾਲਾ ਚੁੱਕ ਕੇ ਦਰਸ਼ਨ ਕਰਕੇ ਰੱਖ ਦਿੰਦੇ ਹਾਂ, ਦੈਟਸ ਮੂਰਤੀ ਪੂਜਾ। ਭਾਈ ਘਨੱਈਆ ਨੂੰ ਕਿਸੇ ਨੇ ਸਵਾਲ ਪੁੱਛਿਆ ਸੀਗਾ, ਭਾਈ ਘਨੱਈਆ ਅਸੀਂ ਸਾਰੇ ਜਾਣਦੇ, ਭਾਈ ਘਨੱਈਆ ਨੂੰ ਸਵਾਲ ਪੁੱਛਿਆ ਸੀਗਾ ਕਿ ਮੈਂ ਜਾ ਕੇ ਮੂਰਤੀ ਦੇ ਅੱਗੇ ਮੱਥਾ ਟੇਕਦਾ ਹਾਂ, ਤੁਸੀਂ ਜਾ ਕੇ ਗੁਰੂ ਗ੍ਰੰਥ ਦੇ ਅੰਦਰ ਉਹ ਸਾਹਮਣੇ ਮੱਥਾ ਟੇਕਦੇ ਹੋ, ਤੁਸੀਂ ਵੀ ਮੂਰਤੀ ਪੂਜਕ ਹੋ, ਮੈਂ ਵੀ ਮੂਰਤੀ ਪੂਜਕ ਹਾਂ। ਭਾਈ ਘਨੱਈਆ ਦਾ ਜਵਾਬ ਇਹ ਸੀਗਾ, ਕਹਿੰਦਾ ਬੜਾ ਫਰਕ ਹੈ, ਤੁਸੀਂ ਮੂਰਤੀ ਦੀ ਪੂਜਾ ਕੀਤੀ, ਘੰਟੀ ਵਜਾਈ, ਮੱਥਾ ਟੇਕਿਆ ਅਤੇ ਉੱਠ ਕੇ ਆ ਗਏ। ਸਿੱਖ ਦਾ ਧਰਮ ਹੈਗਾ ਮੱਥਾ ਟੇਕਿਆ ਅਤੇ ਗੁਰੂ ਦਾ ਸ਼ਬਦ ਲੈ ਕੇ, ਅਤੇ ਜਿਹੜਾ ਸ਼ਬਦ ਆਇਆ ਅਸੀਂ ਉਹ ਸ਼ਬਦ ਲੈ ਕੇ ਅਸੀਂ ਜ਼ਿੰਦਗੀ ਜਾਂ ਉਹ ਦਿਨ ਗੁਜ਼ਾਰਨਾ ਹੈ, ਇਹ ਫਰਕ ਹੈ। ਇਸ ਕਰਕੇ ਭਾਈ ਘਨੱਈਆ ਨੇ ਕਿਹਾ ਸੀ ਕਿ ਅਸੀਂ ਮੂਰਤੀ ਪੂਜਕ ਨਹੀਂ, ਅਸੀਂ ਇੱਜ਼ਤ ਕਰਕੇ ਅਸੀਂ ਉਹਨਾਂ ਦਾ ਸਿਰ ਨਿਭਾਉਂਦੇ ਹਾਂ। ਡੈਫੀਨੇਟਲੀ ਅਤੇ ਤਮਾਮ ਜਿਹੜੀਆਂ ਅੰਧ ਵਿਸ਼ਵਾਸ ਸੀਗੇ ਉਹ ਦੂਰ ਕੀਤੇ ਗੁਰੂ ਸਾਹਿਬ ਨੇ, ਔਰ ਉਹਨਾਂ ਅੰਧ ਵਿਸ਼ਵਾਸਾਂ ਤੋਂ ਸਾਨੂੰ ਅਜੇ ਵੀ ਲੋੜ ਹੈਗੀ ਹੈ ਕਿ ਉਹ ਸੁਪਰਸਟੀਸ਼ਨ ਜਿਹੜੀਆਂ ਗੱਲਾਂ ਸੀਗੀਆਂ ਅੱਜ ਅਸੀਂ ਕਿਤੇ ਨਾ ਕਿਤੇ ਆਪਣਾ ਉਹਦਾ ਅਹਿਸਾਸ ਕਰ ਲੈਂਦੇ ਹਾਂ। ਸੋ ਡੈਫੀਨੇਟਲੀ ਤਮਾਮ ਜਿਹੜੇ ਮੇਰੇ ਨਾਲ ਆਡੀਅੰਸ ਦੇ ਵਿੱਚ ਵੀ ਮੌਜੂਦ ਹਨ ਉਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਹਨ? ਡਾਕਟਰ ਨਿਸ਼ਾਂਤ ਦੀਪ ਸਿੰਘ ਚਾਹਲ ਜੋ ਕਿ ਡੈਂਟਿਸਟ ਹਨ ਪੇਸ਼ੇ ਤੋਂ, ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ, ਔਰ ਉਹਨਾਂ ਤੋਂ ਵੀ ਆਪਾਂ ਜਾਣਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਜਗਤਾਰ ਸਿੰਘ ਸਿੱਧੂ ਮੁੱਖ ਸੇਵਾਦਾਰ ਮੋਡੈਸਟੋ ਗੁਰਦੁਆਰਾ ਸਾਹਿਬ, ਉਹ ਵੀ ਸਾਡੇ ਨਾਲ ਮੌਜੂਦ ਹਨ, ਉਹਨਾਂ ਦਾ ਵੀ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਹੁਣੇ ਪਹੁੰਚੇ ਹਨ ਅਤੇ ਤਮਾਮ ਹੋਰ ਵੀ ਸਾਡੇ ਨਾਲ ਗੈਸਟ ਜਿਹੜੇ ਅੱਜ ਪਹੁੰਚੇ ਹਨ ਉਹਨਾਂ ਦਾ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਔਰ ਜਿਵੇਂ ਕਿ ਸਾਨੂੰ ਦੱਸਿਆ ਸੀਗਾ, ਮੈਂ ਜ਼ਰੂਰ ਇੱਥੇ ਮਾਫ਼ੀ ਚਾਹਾਂਗਾ, ਸੁਖਮਿੰਦਰ ਸਿੰਘ ਦਿਓਲ ਜੋ ਕਿ ਵਾਈਸ ਪ੍ਰੈਜ਼ੀਡੈਂਟ ਟਰਲਕ ਗੁਰਦੁਆਰਾ ਸਾਹਿਬ ਦੇ ਨੇ, ਉਹ ਵੀ ਸਾਡੇ ਨਾਲ ਮੌਜੂਦ ਹਨ, ਉਹਨਾਂ ਦਾ ਵੀ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਤਾਂ ਕਿ ਇਹ ਉਹ ਲੋਕ ਹਨ ਸਾਨੂੰ ਉਹਨਾਂ ਸਾਰੇ ਸਵਾਲਾਂ ਦੇ ਉੱਤੇ ਜਵਾਬ ਦੇ ਸਕਣ ਜੋ ਅੱਜ ਇੱਥੇ ਦਵਿੰਦਰ ਸਿੰਘ ਬੈਂਸ ਹੋਰਾਂ ਨੇ ਕਈ ਸਾਰੇ ਜਿਹੜੀ ਫਿਗਰ ਔਰ ਕਈ ਸਾਰੇ ਜਿਹੜੀ ਗੱਲਾਂ ਸੀਗੀਆਂ ਗੁਰੂ ਸਾਹਿਬ ਦੀਆਂ ਉਹ ਰੱਖੀਆਂ। ਪਰ ਇਸ ਦੇ ਬਾਵਜੂਦ ਵੀ ਅੱਜ ਅਸੀਂ ਵੱਖ ਵੱਖ ਖੇਤਾਂ ਦੇ ਵਿੱਚ ਕੰਮ ਕਰ ਰਹੇ ਹਾਂ, ਕੋਈ ਸਾਇੰਟਿਸਟ ਹੈ, ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਅਤੇ ਨਾਲ ਹੀ ਕੋਈ ਹੋਰ ਪ੍ਰੋਫੈਸ਼ਨਲ ਫੀਲਡ ਦੇ ਵਿੱਚ ਆਪਣਾ ਨਾਂ ਕਮਾ ਰਿਹਾ। ਸੋ ਉਹ ਪੋਜ਼ਿਟਿਵਿਟੀ ਲੈ ਕੇ ਜਦ ਅਸੀਂ ਪੰਜਾਬ ਤੋਂ ਜਾਂ ਫਿਰ ਭਾਰਤ ਤੋਂ ਇੱਥੇ ਆਏ ਸੀਗੇ ਕੁਝ ਸਾਲ ਪਹਿਲਾਂ, ਤਾਂ ਸਿਰਫ ਜ਼ਿਹਨ ਦੇ ਵਿੱਚ ਆਈ ਸੀਗਾ ਕਿ ਆਪਣੀ ਰਿਕੋਗਨੀਸ਼ਨ, ਆਪਣੇ ਬੇਸਿਕ ਸਿਧਾਂਤ ਜਿਹੜੇ ਨੇ ਉਹ ਅਸੀਂ ਆਪਣੇ ਮਨ ਦੇ ਵਿੱਚ ਵਸਾਈਏ, ਤਾਂ ਕਿ ਅਸੀਂ 550th ਬਰਥ ਐਨੀਵਰਸਰੀ ਦੇ ਮੌਕੇ, ਯਾਨੀ ਕਿ 550 ਸਾਲਾਂ ਪ੍ਰਕਾਸ਼ ਪੁਰਬ, ਇਹ ਮੌਕਾ ਮਿਲਿਆ ਸਾਨੂੰ। ਇਨ ਫਿਊਚਰ ਯੂ ਨੈਵਰ ਨੋ ਕਿ ਸਾਨੂੰ ਇਹ ਮੌਕਾ ਮਿਲੇਗਾ ਵੀ ਨਹੀਂ ਮਿਲੇਗਾ, ਕਿ ਜਦ 600 ਸ਼ਤਾਬਦੀ ਹੋਵੇਗੀ ਤਾਂ ਅਸੀਂ ਹੋਵਾਂਗੇ ਕਿ ਨਹੀਂ ਹੋਵਾਂਗੇ, ਪਰ ਇਸ ਮੌਕੇ ਦੇ ਉੱਤੇ ਸਾਨੂੰ ਹੋਰ ਕਿਹੜੇ ਸਿਧਾਂਤ ਜਿਹੜੇ ਨੇ ਉਹ ਜ਼ਮੀਨੀ ਪੱਧਰ 'ਤੇ ਫੋਲੋ ਕਰਨੇ ਚਾਹੀਦੇ ਹਨ। ਅਤੇ ਜਿਵੇਂ ਕਿ ਅਸੀਂ ਤੁਹਾਨੂੰ ਦੱਸ ਰਹੇ ਸੀਗੇ ਕਿ ਵਾਈਸ ਮੇਅਰ ਮੋਡੈਸਟੋ ਮਨਮੀਤ ਗਰੇਵਾਲ ਇੱਥੇ ਮੌਜੂਦ ਹਨ, ਜਿਨ੍ਹਾਂ ਨੇ ਕੈਲੀਫੋਰਨੀਆ ਵਿਖੇ, ਜਿਨ੍ਹਾਂ ਨੇ ਮੋਡੈਸਟੋ ਵਿਖੇ ਸਿੱਖ ਰਿਕਗਨੀਸ਼ਨ ਦੇ ਲਈ ਔਰ ਸਿੱਖਾਂ ਦੇ ਵਿੱਚ ਇੱਕ ਹੱਲਾਸ਼ੇਰੀ ਪੈਦਾ ਕੀਤੀ, ਮੇਨ ਸਟ੍ਰੀਮ ਪੋਲੀਟਿਕਸ ਦੇ ਵਿੱਚ ਉਹ ਗਏ, ਔਰ ਸਾਨੂੰ ਲੱਗਦਾ ਕਿ ਕਿੱਥੇ ਜਿਹੜੀ ਯੂਥ ਸਾਡੀ ਹੈਗੀ ਹੈ ਉਹ ਮੇਨ ਸਟ੍ਰੀਮ ਪੋਲੀਟਿਕਸ ਦੇ ਵਿੱਚ ਨਹੀਂ ਜਾਣਾ ਚਾਹੁੰਦੀ। ਵੈਨ ਐਵਰ ਦੇ ਗੋ ਐਂਡ ਵਰਸ਼ਿਪ ਇਨ ਗੁਰਦੁਆਰਾ ਸਾਹਿਬ, ਡੈਫੀਨੇਟਲੀ ਦੇ ਸੀ ਕਿ ਉੱਥੇ ਜਾ ਕੇ ਉਹਨਾਂ ਨੂੰ ਧੜੇਬਾਜ਼ੀਆਂ, ਕਈ ਸਾਰੀਆਂ ਵੱਖ ਵੱਖ ਗੱਲਾਂ ਉਹਨਾਂ ਨੂੰ ਵੇਖਣ ਨੂੰ ਮਿਲਦੀਆਂ। ਪਰ ਜਦ ਉਹਨਾਂ ਦੇ ਅੰਦਰ ਉਹ ਸਿਧਾਂਤ ਅਸੀਂ ਪਾ ਸਕਦੇ ਹਾਂ ਜੋ ਕਿ ਅੱਜ ਮਨਮੀਤ ਗਰੇਵਾਲ ਇਸ ਟਾਊਨ ਦੇ ਵਿੱਚ ਰਹਿ ਕੇ ਵਾਈਸ ਮੇਅਰ ਦਾ ਅਹੁਦਾ ਸੰਭਾਲ ਸਕਦੇ ਹਨ, ਅੱਜ ਅਸੀਂ ਸੈਨੇਟ ਦੇ ਵਿੱਚ, ਅੱਜ ਜਿੰਨੇ ਵੀ ਸੈਨੇਟਰ ਹਨ, ਭਾਵੇਂ ਅਸੀਂ ਸੈਨੇਟ ਅਸੈਂਬਲੀ ਦੇ ਵਿੱਚ ਜਾ ਕੇ ਵਰਲਡ ਇਕੁਐਲਿਟੀ ਦੀ ਗੱਲ ਕਰਦੇ ਹਾਂ, ਅਸੀਂ ਇਹ ਕਹਿੰਦੇ ਹਾਂ ਕਿ ਗੁਰੂ ਸਾਹਿਬ ਜਿਹੜੇ ਸੀਗੇ ਉਹ ਸਾਰੇ ਧਰਮਾਂ ਦੇ ਗੁਰੂ ਸੀਗੇ, ਉਹਨਾਂ ਨੇ ਇਕੁਐਲਿਟੀ ਦੀ ਗੱਲ ਕੀਤੀ। ਲੇਕਿਨ ਜਿਵੇਂ ਮੈਂ ਜ਼ਿਕਰ ਕੀਤਾ ਸੀਗਾ ਪਹਿਲਾਂ ਵੀ ਕਿ ਅੱਜ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੇ ਲਾਅ ਨੂੰ ਅਸੀਂ ਮੰਨਦੇ ਹਾਂ, ਇੱਥੇ ਦੇ ਬੇਸਿਕ ਸਿਧਾਂਤਾਂ ਨੂੰ ਅਸੀਂ ਮੰਨਦੇ ਹਾਂ, ਲੇਕਿਨ ਇਹ ਜਿੰਨੇ ਵੀ ਗੱਲ ਅੱਜ ਕੌਨਸਟੀਟਿਊਸ਼ਨ ਦੇ ਵਿੱਚ ਲਿਖੀ ਗਈ ਹੈ, ਭਾਵੇਂ ਉਹ ਵਰਲਡ ਦਾ ਕੋਈ ਵੀ ਤੁਸੀਂ ਕੌਨਸਟੀਟਿਊਸ਼ਨ ਉਠਾ ਲਓ, ਜਿੱਥੇ ਕੌਨਸਟੀਟਿਊਸ਼ਨ ਦੇ ਵਿੱਚ ਇਕੁਐਲਿਟੀ ਦੀ ਗੱਲ, ਇੰਪਾਵਰਮੈਂਟ ਦੀ ਗੱਲ, ਜਿੱਥੇ ਗੱਲ ਕੀਤੀ ਗਈ ਹੈ ਮਹਿਲਾਵਾਂ ਨੂੰ ਅੱਗੇ ਵਧਾਉਣ ਦੀ, ਜਿੱਥੇ ਗੱਲ ਕੀਤੀ ਗਈ ਹੈ ਬੱਚਿਆਂ ਨੂੰ ਅੱਗੇ ਵਧਾਉਣ ਦੀ, ਜਿੱਥੇ ਐਜੂਕੇਸ਼ਨ ਦੀ ਗੱਲ ਕੀਤੀ ਗਈ ਹੈ, ਅਤੇ ਮੈਨੂੰ ਲੱਗਦਾ ਕਿ ਇਹ ਤਾਂ ਗੁਰੂ ਸਾਹਿਬ ਸਾਨੂੰ ਸਾਡੇ 500 ਸਾਲ ਪਹਿਲਾਂ ਹੀ ਦੱਸ ਗਏ ਸੀਗੇ, ਔਰ ਇਹ ਸਾਡੀ ਹੋਲੀ ਬੁੱਕ ਦੇ ਵਿੱਚ ਅੱਜ ਵੀ ਲਿਖਿਆ ਹੋਇਆ।
ਸੋ ਉਹ ਸਿਧਾਂਤ ਫੋਲੋ ਕਰਨ ਦੀ ਲੋੜ ਹੈਗੀ ਹੈ। ਇਹ ਤਮਾਮ ਸਵਾਲ ਬਣਦੇ ਹਨ ਅੱਜ ਦੇ ਇਸ ਮੰਚ ਦੇ ਉੱਤੇ। ਸੋ ਬ੍ਰੇਕ ਤੋਂ ਬਾਅਦ ਸਵਾਗਤ ਹੈ, ਨਾਓ ਆਈ ਹੈਵ ਮਨਮੀਤ ਗਰੇਵਾਲ ਜੋ ਕਿ ਵਾਈਸ ਮੇਅਰ ਹਨ ਮੋਡੈਸਟੋ ਇਸ ਟਾਊਨ ਦੇ, ਅਤੇ ਨਾਲ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਅਸੀਂ ਮੇਨ ਸਟ੍ਰੀਟ ਪੋਲੀਟਿਕਸ ਦੇ ਵਿੱਚ ਆ ਸਕਦੇ ਹਾਂ, ਔਰ ਮਨਮੀਤ ਜਿਹੜੇ ਨੇ ਉਹ ਕਿਵੇਂ ਇੰਸਪਾਇਰਡ ਹੋਏ ਔਰ ਅੱਜ ਉਹ ਮੇਨ ਸਟ੍ਰੀਮ ਅਮੈਰੀਕਨ ਪੋਲੀਟਿਕਸ ਦੇ ਵਿੱਚ ਹਿੱਸਾ ਬਣ ਚੁੱਕੇ ਹਨ। ਸੋ ਓਵਰ ਟੂ ਯੂ ਮਨਮੀਤ ਜੀ। ਸਾਰੇ ਜਸ ਪੰਜਾਬੀ ਜਸ ਟੀਵੀ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਅਤੇ ਆਉਣ ਵਾਲੇ ਜੋ ਆਪਾਂ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦੇ ਜਨਮ ਉਤਸਵ ਮਨਾ ਰਹੇ ਹਾਂ, ਰਲ ਕੇ ਸਾਰੀਆਂ ਕਮਿਊਨਿਟੀਆਂ ਦੁਨੀਆ ਭਰ ਦੇ ਵਿੱਚ ਸਾਰਿਆਂ ਨੂੰ ਪਹਿਲਾਂ ਹੀ ਆਪਾਂ ਵਧਾਈਆਂ ਦਿੰਦੇ ਹਾਂ, ਅਤੇ ਨਾਲ ਹੀ ਨਾਲ ਆਪਾਂ ਸਾਰੇ ਹੀ ਵਡਭਾਗੇ ਹਾਂ ਕਿ ਆਪਾਂ ਆਪਣੇ ਲਾਈਫ ਟਾਈਮ ਦੇ ਵਿੱਚ ਆਪਾਂ ਨੂੰ ਇਹ ਮੌਕਾ ਮਿਲਿਆ ਹੈ। ਸੋ ਆਪਾਂ ਇਹ ਮੌਕੇ ਦਾ ਫਾਇਦਾ ਉਠਾਈਏ, ਅਤੇ ਜਿਵੇਂ ਬਹਿਨ ਸਾਹਿਬ ਨੇ ਦੱਸਿਆ ਕਿ ਫਾਇਦਾ ਆਪਾਂ ਤਾਂ ਹੀ ਉਠਾ ਸਕਦੇ ਹਾਂ ਕਿ ਜੋ ਗੁਰੂ ਨਾਨਕ ਦੇਵ ਜੀ ਦੇ ਪੂਰਨੇ ਸੀ, ਜੋ ਸਿੱਖਿਆ ਸੀਗੇ, ਉਹ ਆਪਾਂ ਆਪਣੇ ਜੀਵਨ ਦੇ ਵਿੱਚ ਢਾਲੀਏ। ਸੋ ਇਹੀ ਸਾਰਿਆਂ ਦੀ ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਬੇਸਿਕ ਸਿਧਾਂਤ ਸੀਗੇ ਉਹਨੂੰ ਅਸੀਂ ਲੈ ਕੇ ਆਈਏ, ਔਰ ਉਹੀ ਬੇਸਿਕ ਸਿਧਾਂਤ ਆਈ ਥਿੰਕ ਕਿ ਮਨਮੀਤ ਲੈ ਕੇ ਆਏ ਔਰ ਅੱਜ ਮੇਨ ਸਟ੍ਰੀਮ ਪੋਲੀਟਿਕਸ ਦੇ ਉਹ ਹਿੱਸਾ ਬਣੇ। ਮੇਰੇ ਨਾਲ ਸੁਰਜੀਤ ਸਿੰਘ ਮੱਲੀ ਮੌਜੂਦ ਹਨ, ਕਮਿਊਨਿਟੀ ਐਕਟੀਵਿਸਟ ਹਨ, ਔਰ ਜਿਨ੍ਹਾਂ ਨੇ 1984 ਸਿੱਖ ਜੈਨੋਸਾਈਡ ਨੂੰ ਲੈ ਕੇ ਜਿਹੜਾ ਬਿੱਲ ਹੈਗਾ ਉਹ ਵੀ ਪਾਸ ਕਰਵਾਇਆ ਸਿਟੀ ਆਫ ਟਰਲਕ ਵਿਖੇ, ਔਰ ਉਹ ਸ਼ਖਸੀਅਤ ਹਨ ਕਿ ਕਈ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਵੀ ਵਾਇਰਲ ਹੋਈਆਂ ਸੀਗੀਆਂ ਜਿੱਥੇ ਡਿਸਕ੍ਰਿਮੀਨੇਸ਼ਨ ਦਾ ਸ਼ਿਕਾਰ ਇੱਕ ਸਿੰਘ ਹੋਇਆ ਸੀਗਾ ਕੈਲੀਫੋਰਨੀਆ ਵਿਖੇ, ਅਗਰ ਤੁਹਾਨੂੰ ਯਾਦ ਉਹ ਖਬਰ ਹੋਣੀ ਹੈ ਤਾਂ ਸੁਰਜੀਤ ਸਿੰਘ ਮੱਲੀ ਹੀ ਉਹ ਸ਼ਖਸੀਅਤ ਹਨ ਜਿਨ੍ਹਾਂ ਦੇ ਉੱਤੇ ਡਿਸਕ੍ਰਿਮੀਨੇਸ਼ਨ ਅਸੀਂ ਕਹਿ ਸਕਦੇ ਹਾਂ, ਜਿਨ੍ਹਾਂ ਦੇ ਉੱਤੇ ਰੇਸ਼ੀਅਲ ਅਟੈਕ ਹੋਇਆ ਸੀਗਾ। ਸੋ ਕਿਵੇਂ ਅਸੀਂ ਓਵਰਕਮ ਕਰ ਸਕਦੇ ਹਾਂ, ਅੱਜ ਅਸੀਂ ਇੱਕ ਪਾਸੇ ਜਿੱਥੇ ਆਪਣੀ ਰਿਕੋਗਨੀਸ਼ਨ ਮਨਾ ਰਹੇ ਹਾਂ ਇਸ ਧਰਤੀ ਦੇ ਉੱਤੇ, ਸੋ ਅਸੀਂ ਇਹਨੂੰ ਖਤਮ ਕਿਵੇਂ ਕਰ ਸਕਦੇ ਹਾਂ ਜਾਂ ਫਿਰ ਓਵਰਕਮ ਕਿਵੇਂ ਕਰ ਸਕਦੇ ਹਾਂ, ਔਰ ਕਿਵੇਂ ਅਸੀਂ ਮੇਨ ਸਟ੍ਰੀਮ ਪੋਲੀਟਿਕਸ ਦੇ ਵਿੱਚ ਦੇ ਨਾਲ ਨਾਲ ਜਾ ਕੇ ਜਿਹੜਾ ਹੋਰ ਸਾਡੇ ਕਲਚਰ ਹਨ ਇੱਥੇ ਇਸ ਧਰਤੀ ਦੇ ਉੱਤੇ ਉਹਨਾਂ ਨੂੰ ਅਸੀਂ ਦੱਸ ਸਕਦੇ ਹਾਂ, ਹੂ ਆਰ ਵੀ। ਸੋ ਓਵਰ ਟੂ ਯੂ ਸੁਰਜੀਤ ਸਿੰਘ ਮੱਲੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 550 ਸਾਲਾ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਦੀਆਂ ਸਾਰੀ ਸਿੱਖ ਜਗਤ ਨੂੰ ਬਹੁਤੀਆਂ ਬਹੁਤੀਆਂ ਵਧਾਈਆਂ। ਬੇਨਤੀ ਹੈ ਕਿ ਆਪਾਂ ਗੁਰੂ ਸਾਹਿਬ ਤੋਂ ਹੀ ਚੱਲਣਾ ਹੈ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ 52 ਹੁਕਮਨਾਮੇ ਲਿਖੇ ਹਨ ਹਜ਼ੂਰ ਸਾਹਿਬ ਦੇ ਵਿੱਚ, ਉਹਨਾਂ ਨੇ ਇਹ ਵੀ ਹੁਕਮਨਾਮਾ ਲਿਖਿਆ ਕਿ ਹਰੇਕ ਸਿੱਖ ਨੂੰ ਰਾਜਨੀਤੀ ਪੜ੍ਹਨੀ ਚਾਹੀਦੀ ਆ, ਭਾਵ ਰਾਜਨੀਤੀ 'ਚ ਐਕਟਿਵ ਹੋਣਾ ਚਾਹੀਦਾ। ਦੇਖੋ, ਆਪਾਂ ਗੁਰੂ ਸਾਹਿਬ ਦੀ ਗੱਲ ਨਹੀਂ ਮੰਨੀ ਤਾਂ 47 ਹੋ ਗਈ, ਜਦੋਂ 47 ਹੋਈ 2 ਮਿਲੀਅਨ ਸਿੱਖ ਸ਼ਹੀਦ ਹੋਏ, ਬਰਬਾਦ ਹੋ ਗਏ, ਚੰਗੀ ਧਰਤੀ ਅਸੀਂ ਛੱਡ ਕੇ ਇੱਧਰਲੇ ਪੰਜਾਬ 'ਚ ਆਏ, ਸਾਡਾ ਬੜਾ ਨੁਕਸਾਨ ਹੋਇਆ ਕਿਉਂਕਿ ਸਾਡੇ ਲੋਕਾਂ ਨੇ ਗੁਰੂ ਸਾਹਿਬ ਦੀ ਗੱਲ ਨਹੀਂ ਮੰਨੀ। ਅਤੇ ਫਿਰ ਬਰਮਾ 'ਚ ਕੀ ਕੁਛ ਹੋਇਆ, ਫਿਰ ਜਗਾਂਡਾ ਕੀਨੀਆ 'ਚ ਕੀ ਕੁਛ ਹੋਇਆ 72-73 'ਚ, ਉੱਥੇ ਆਪਣੀ ਚੌਥੀ ਜਨਰੇਸ਼ਨ ਰਹਿੰਦੀ ਸੀ ਕਿ ਉਹਨਾਂ ਨੇ 24 ਘੰਟਿਆਂ 'ਚ ਲਾ ਬਣਾ ਦਿੱਤਾ ਵੀ ਸਾਡਾ ਮੁਲਕ ਛੱਡ ਜਾਓ। ਲੋਕਾਂ ਨੇ 3-3 ਸਾਲ ਆਪਣੀਆਂ ਫੈਮਿਲੀਆਂ ਦੇ ਮੂੰਹ ਨਹੀਂ ਦੇਖੇ। ਸੋ ਮੇਰੀ ਬੇਨਤੀ ਇਹ ਹੈ ਕਿ ਅਮਰੀਕਾ 'ਚ ਆਪਾਂ ਰਹਿੰਦੇ ਹਾਂ, ਇੱਥੇ ਵੀ ਇੱਦਾਂ ਹੋ ਸਕਦੀ ਆ ਕਿਸੇ ਦਿਨ ਜੇ ਆਪਾਂ ਨਾ ਐਕਟਿਵ ਹੋਏ। ਸਾਨੂੰ ਕਮਿਊਨਿਟੀ 'ਚ ਰਹਿ ਕੇ, ਜਿਹੜੇ ਸ਼ਹਿਰ 'ਚ ਤੁਸੀਂ ਰਹਿੰਦੇ ਹਾਂ ਉੱਥੇ ਸੇਵਾ ਕਰੋ, ਉੱਥੇ ਹਰੇਕ ਕਮਿਊਨਿਟੀ ਨੂੰ ਪਿਆਰ ਕਰੋ, ਕੋਈ ਅਸੀਰੀਅਨ ਹੋਵੇ, ਕੋਈ ਮੈਕਸੀਕਨ ਹੋਵੇ, ਕੋਈ ਬਲੈਕ ਹੋਵੇ ਜਾਂ ਕੋਈ ਗੋਰਾ ਹੋਵੇ, ਸਾਰਿਆਂ ਨੂੰ ਪਿਆਰ ਕਰੋ, ਸਾਰਿਆਂ ਦੇ ਨਾਲ ਮਿਲ ਕੇ ਸੇਵਾ ਕਰੋ, ਸੇਵਾ 'ਚ ਹਿੱਸਾ ਲਵੋ। ਅਤੇ ਰਾਜਨੀਤੀ 'ਚ ਗੁਰੂ ਸਾਹਿਬ ਦਾ ਸਾਨੂੰ ਹੁਕਮ ਆ, ਨਾ ਕਿ ਮੈਂ ਤੁਹਾਨੂੰ ਕਹਿੰਦਾ, ਗੁਰੂ ਸਾਹਿਬ ਦਾ ਹੁਕਮ ਆ ਕਿ ਹਰੇਕ ਸਿੱਖ ਨੂੰ ਰਾਜਨੀਤੀ ਪੜ੍ਹਨੀ ਚਾਹੀਦੀ ਆ, ਭਾਵ ਰਾਜਨੀਤੀ 'ਚ ਐਕਟਿਵ ਹੋਣਾ ਚਾਹੀਦਾ, ਸੇਵਾ ਤੋਂ ਕੰਮ ਸ਼ੁਰੂ ਹੋਣਾ, ਸੇਵਾ ਕਰਨੀ ਚਾਹੀਦੀ, ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹਨਾਂ ਲੋਕਾਂ ਨਾਲ ਰਲ ਮਿਲ ਕੇ ਰਹਿਣਾ ਚਾਹੀਦਾ। ਸਾਡੀ ਸਿਟੀ 'ਚ ਪੂਰੀ ਅਪਰੋਚ ਹੋਣੀ ਚਾਹੀਦੀ ਆ, ਸਾਡੀ ਕਾਊਂਟੀ 'ਚ ਪੂਰੀ ਅਪਰੋਚ ਹੋਣੀ ਚਾਹੀਦੀ ਆ, ਸਾਡੀ ਸਟੇਟ ਵਿੱਚ ਪੂਰੀ ਅਪਰੋਚ ਹੋਣੀ ਚਾਹੀਦੀ ਆ, ਸਾਡੀ ਵਾਈਟ ਹਾਊਸ 'ਚ ਪੂਰੀ ਅਪਰੋਚ ਹੋਣੀ ਚਾਹੀਦੀ ਆ, ਸਾਨੂੰ ਕਿਸੇ ਦੀਆਂ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ, ਸਾਨੂੰ ਇੱਕ ਦੂਜੇ ਦਾ ਸਹਾਰਾ ਬਣਨਾ ਚਾਹੀਦਾ, ਭਾਵੇਂ ਉਹ ਮੋਨਾ ਸਿੱਖ ਆ, ਭਾਵੇਂ ਉਹ ਪੱਗ ਬੰਨ੍ਹ ਆ, ਭਾਵੇਂ ਉਹਨੇ ਅੰਮ੍ਰਿਤ ਛਕਿਆ ਜਾਂ ਨਹੀਂ, ਆਪਾਂ ਸਾਰੇ ਆਪਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ, ਸਾਨੂੰ ਗੁਰਦੁਆਰਿਆਂ 'ਚ ਲੜਨਾ ਝਗੜਨਾ ਨਹੀਂ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਵਿੰਦਰ ਜੀ, ਕੀ ਸੁਰਜੀਤ ਸਿੰਘ ਮੱਲੀ ਜੀ ਦੇ ਨਾਲ ਤੁਸੀਂ ਸਹਿਮਤੀ ਰੱਖਦੇ ਹੋ, ਔਰ ਗੁਰੂ ਨਾਨਕ ਦੇਵ ਜੀ ਦੇ ਪ੍ਰਿੰਸੀਪਲ ਅੱਜ ਅਸੀਂ ਕਿਵੇਂ ਫੋਲੋ ਕਰ ਰਹੇ ਹਾਂ, ਮੈਂ ਉਹਦੇ ਉੱਤੇ ਜ਼ਰੂਰ ਜਾਣਨਾ ਚਾਹਾਂਗਾ ਤੁਹਾਡੇ ਵਿਚਾਰ। ਸੁਰਜੀਤ ਸਿੰਘ ਮੱਲੀ ਜੀ ਦੇ ਨਾਲ ਤਾਂ ਅਸੀਂ ਹਮੇਸ਼ਾ ਸਹਿਮਤ ਹੁੰਦੇ ਹਾਂ, ਇਹਨਾਂ ਦੇ ਨਾਲ ਮੋਢਾ 'ਤੇ ਮੋਢਾ 'ਚ ਲਾ ਕੇ ਅਸੀਂ ਹਮੇਸ਼ਾ ਤਿਆਰ ਰਹਿੰਦੇ ਇਹਨਾਂ ਦੇ ਨਾਲ, ਅਤੇ ਸਾਨੂੰ ਮਾਣ ਵੀ ਇਹਨਾਂ 'ਤੇ ਬਹੁਤ ਹੈ। ਤੁਹਾਡਾ ਸਵਾਲ ਜਿਹੜਾ ਤੁਸੀਂ ਮੈਨੂੰ ਪੁੱਛਿਆ, ਮੇਰੇ ਖਿਆਲ ਨਾਲ ਤੁਹਾਡਾ ਇਹ ਹੈ ਵੀ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੈਸੇਜ ਤੋਂ ਥਿੜਕ ਕਿੱਦਾਂ ਗਏ, ਇਹੀ ਸਵਾਲ ਤੁਹਾਡਾ ਵੀ ਅਸੀਂ ਇਹ ਪਹੁੰਚ ਕਿੱਦਾਂ ਗਏ। ਦਰਅਸਲ ਗੱਲ ਉਦੋਂ ਦੀ ਹੈ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਗਏ, ਸਿੱਖ ਜੰਗਲਾਂ 'ਚ ਰੂਹ ਪੋਸ਼ ਹੋ ਗਏ,
ਉਹ ਜਿਹੜਾ 125 ਤੋਂ ਲੈ ਕੇ 200 ਸਾਲ ਦਾ ਜਿਹੜਾ ਸਮਾਂ ਹੈ ਉਹ ਆ ਗਿਆ ਹੱਥ, ਸਭ ਤੋਂ ਪਹਿਲਾਂ ਵੇਦਾਂਤੀ ਵਰਗ ਦੇ ਹੱਥ ਆ ਗਿਆ, ਫਿਰ ਆ ਗਿਆ ਉਹ ਹੱਥ ਤੁਹਾਡੇ ਨਿਰਮਲੇ ਪੰਥ ਦੇ ਹੱਥ ਆ ਗਿਆ, ਫਿਰ ਆ ਗਿਆ ਉਦਾਸੀ, ਉਸ ਤੋਂ ਬਾਅਦ ਆ ਗਏ ਸੰਪਰਦਾਵਾਂ। ਹੁਣ ਜਿਹੜੀਆਂ ਸਾਡੀਆਂ ਸੰਪਰਦਾਵਾਂ ਜਿਹੜੇ ਡੇਰੇ ਬਣੇ ਫਿਰਦੇ ਨੇ, ਉਹਨਾਂ ਨੇ ਆਪਣੀ ਪਰਸਨਲ ਗੇਨ ਵਾਸਤੇ ਸਿੱਖਾਂ ਨੂੰ ਗੁਰੂ ਨਾਨਕ ਦੇ ਮੈਸੇਜ ਤੋਂ ਤੋੜਿਆ। ਜਿਹੜੀਆਂ ਵੀ ਹੁਣ ਕਿਤਾਬਾਂ ਜਿਹਨੂੰ ਅਸੀਂ ਗੁਰਬਿਲਾਸ ਪਾਤਸ਼ਾਹੀ ਛੇਵੀਂ ਕਹਿ ਲਓ ਜਾਂ ਹੋਰ ਇੱਦਾਂ ਦੇ ਜਿਹੜੇ ਗ੍ਰੰਥ ਲਿਖੇ ਗਏ ਨੇ, ਜਿਹੜੀ ਬਾਲਾ ਸਾਖੀ ਜਿਹਨੂੰ ਕਹਿੰਦੇ ਨੇ, ਇਹ ਸਾਰੀਆਂ ਕਿਤਾਬਾਂ ਇਹ ਉਸ ਵੇਲੇ ਹੋਣ ਦੇ ਵਿੱਚ ਆਈਆਂ ਜਦੋਂ ਕਿ ਬਾਗਡੋਰ ਇਹਨਾਂ ਲੋਕਾਂ ਦੇ ਹੱਥ ਦੇ ਵਿੱਚ ਸੀਗੀ। ਜਿਹੜੀਆਂ ਸਾਖੀਆਂ ਬਣਾਈਆਂ ਗਈਆਂ, ਝੂਠੀਆਂ ਸਾਖੀਆਂ ਬਣਾਈਆਂ ਗਈਆਂ, ਸਾਨੂੰ ਦੱਸਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਦੇਵੀ ਦੇ ਪੂਜਕ ਸੀਗੇ, ਇਹ ਸਾਰੀਆਂ ਚੀਜ਼ਾਂ ਉਸ 125 ਸਾਲ ਤੋਂ 200 ਸਾਲ ਦੇ ਵਿੱਚ ਆਈਆਂ। ਸਾਨੂੰ ਮਾਨਸਿਕ ਤੌਰ 'ਤੇ ਉਹਨਾਂ ਨੇ ਗੁਲਾਮ ਕਰ ਦਿੱਤਾ। ਹੁਣ ਅਸੀਂ ਦੇਖੋ ਦੋ ਕਿਸਮ ਦੀ ਗੁਲਾਮੀ ਹੁੰਦੀ ਹੈ, ਇੱਕ ਤਾਂ ਗੁਲਾਮੀ ਇਹ ਹੁੰਦੀ ਕਿ ਤੁਸੀਂ ਕਿਸੇ ਨੂੰ ਜੰਜੀਰਾਂ 'ਚ ਬੰਨ੍ਹ ਲਓ, ਉਹ ਤਾਂ ਚਲੋ ਖੈਰ ਜਦੋਂ ਸਜ਼ਾ ਪੂਰੀ ਹੋ ਗਈ ਤੁਸੀਂ ਛੁੱਟ ਜਾਓਗੇ, ਪਰ ਜਿਹੜੀ ਤੁਹਾਡੀ ਮਾਨਸਿਕ ਗੁਲਾਮੀ ਹੈ ਇਹ ਤੁਹਾਨੂੰ ਕਦੇ ਨਹੀਂ ਛੱਡਦੀ। ਤੋਤੇ ਨੂੰ ਤੁਸੀਂ ਪਿੰਜਰੇ 'ਚ ਪਾ ਦਿਓ, ਪਿੰਜਰਾ ਖੋਲ੍ਹ ਦਿਓ, ਤੋਤਾ ਉੜੇਗਾ ਨਹੀਂ ਕਿਤੇ, ਕਿਉਂਕਿ ਮਾਨਸਿਕ ਰੂਪ 'ਤੇ ਗੁਲਾਮ ਹੋ ਚੁੱਕਾ ਹੈ। ਇਸ ਵੇਲੇ ਸਿੱਖ ਜਗਤ ਉਹਨਾਂ 200 ਸਾਲਾਂ ਦਾ ਦੇਣਾ ਅਜੇ ਤੱਕ ਅਸੀਂ ਦੇ ਰਹੇ ਹਾਂ, ਕਿਉਂਕਿ ਅਸੀਂ ਮਾਨਸਿਕ ਤੌਰ 'ਤੇ ਪੂਰੇ ਗੁਲਾਮ ਹੋ ਚੁੱਕੇ ਹਾਂ। ਸਾਨੂੰ ਜਿਹੜੇ ਵੀ ਅਰਥ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਜਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਜਿਹੜੇ ਸਾਨੂੰ ਸਮਝਾਏ ਗਏ ਨੇ, ਉਹ ਸਿਰਫ ਸੰਪਰਦਾਵਾਂ ਦੇ ਥਰੂ ਸਾਨੂੰ ਸਮਝਾਏ ਗਏ ਨੇ, ਡੇਰੇਵਾਦ ਦੇ ਥਰੂ ਸਮਝਾਏ ਗਏ ਨੇ। ਹਾਲਾਂਕਿ ਜਿੱਥੇ ਵੀ ਸੰਤ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਹੈ ਉਹ ਸਿਰਫ ਅਤੇ ਸਿਰਫ ਰੱਬ ਵਾਸਤੇ ਆਇਆ ਹੈ। ਹੁਣ ਤੁਸੀਂ ਇਹ ਦੇਖ ਲਓ ਵੀ ਅਸੀਂ ਸੰਤ ਦੀ ਪਰਿਭਾਸ਼ਾ ਦਿੱਤੀ ਕਿ ਜਿਹਨੇ ਚੋਲਾ ਪਾਇਆ ਗੋਡਿਆਂ 'ਤੇ ਜਾਂ ਜਿਹਨੇ ਦਸਤਾਰ ਬੰਨੀ ਹੈ ਜਾਂ ਕਿਰਪਾਨ ਪਾਈ ਹੈ ਉਹਨੂੰ ਅਸੀਂ ਸੰਤ ਮੰਨ ਲੈਂਦੇ ਹਾਂ। ਇਹਨਾਂ ਚੀਜ਼ਾਂ ਤੋਂ ਸਾਨੂੰ ਇਸ ਕਰਕੇ ਅਸੀਂ ਥਿੜਕ ਗਏ ਹਾਂ, ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਮੈਸੇਜ ਅਸਲੀ ਤਰੀਕੇ ਨਾਲ ਸਮਝਣ ਦੀ ਬਹੁਤ ਜ਼ਰੂਰਤ ਹੈ। ਅਦਰਵਾਈਜ਼ ਜਿਹੜੀ ਸਾਡੀ ਹੁਣ ਜਿਹੜੀ ਜਨਰੇਸ਼ਨ ਤੁਹਾਡੀ ਆ ਰਹੀ ਹੈ, ਇਹਨਾਂ ਨੇ ਇਹ ਤੁਹਾਡੀਆਂ ਮਨਗਣਤ ਕਹਾਣੀਆਂ ਅਤੇ ਸਾਖੀਆਂ ਨਹੀਂ ਮੰਨਣੀਆਂ। ਇਸ ਕਰਕੇ ਸਾਡੀ ਯੰਗ ਜਨਰੇਸ਼ਨ ਗੁਰਦੁਆਰੇ ਤੋਂ ਟੁੱਟਦੀ ਜਾ ਰਹੀ ਹੈ, ਕਿਉਂਕਿ ਜਾ ਕੇ ਜਦੋਂ ਤੁਸੀਂ ਉਹਨਾਂ ਨੂੰ ਕਹਾਣੀਆਂ ਸੁਣਾਉਂਦੇ ਹੋ ਕਿ ਉਹ ਫਲਾਨਾ ਬੰਦਾ ਬਿਮਾਰ ਹੋ ਗਿਆ ਅਤੇ ਉਹਨੂੰ ਕਿਸੇ ਸੰਤ ਨੇ ਕਿਹਾ ਕਿ ਉਹ ਜੀ ਜਿਹੜੀ ਘੋੜੇ ਦੀ ਲਿੱਦ ਹੈਗੀ ਆ ਉਹ ਇਸ ਤਰ੍ਹਾਂ ਤੈਨੂੰ ਚੂਰਨ ਬਣਾ ਕੇ ਖਾਣੀ ਬਹਿਣੀ ਆ, ਕਿਡਸ ਐਸ ਦੀਸ ਕੁਐਸਚਨ, ਵਟ ਇਜ਼ ਦਿਸ ਨੌਨਸੈਂਸ। ਸੋ ਇਹ ਜਿਹੜੀਆਂ ਕਹਾਣੀਆਂ ਜਿਹੜੀਆਂ ਹੈਗੀਆਂ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ, ਇਹਨਾਂ ਚੀਜ਼ਾਂ ਤੋਂ ਸਾਨੂੰ ਬਹੁਤ ਦੂਰ ਜਾਣ ਦੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਖਜ਼ਾਨਾ ਸਾਡੇ ਪਾਸ ਹੈ, ਸਭ ਤੋਂ ਪਹਿਲਾਂ ਸਿਰਫ ਮੱਥਾ ਨਾ ਟੇਕੀਏ ਗੁਰੂ ਗ੍ਰੰਥ ਸਾਹਿਬ ਨੂੰ, ਅਸੀਂ ਉਹਨੂੰ ਪੜ੍ਹੀਏ ਸ਼ਬਦ ਨੂੰ। ਸਧਾਰਨ ਪਾਠ ਹਰੇਕ ਸਿੱਖ ਨੂੰ ਹੁਕਮ ਹੈ ਔਰ ਫਰਜ਼ ਬਣਦਾ ਹੈ ਕਿ ਸਧਾਰਨ ਪਾਠ ਆਪਣੇ ਘਰ ਦੇ ਵਿੱਚ ਜ਼ਰੂਰ ਰੱਖੇ। ਜਿੱਥੇ ਮਹਾਰਾਜ ਦੀ ਤੁਹਾਡੇ ਪਾਸ ਪੋਥੀ ਨਹੀਂ ਹੈ, ਗੁਰਦੁਆਰੇ ਜਾ ਕੇ ਤੁਸੀਂ ਪੜ੍ਹ ਸਕਦੇ ਹੋ। ਇਹ ਚੀਜ਼ਾਂ ਤੋਂ ਸਾਨੂੰ ਅਸੀਂ ਥਿੜਕ ਗਏ ਹਾਂ, ਸਾਨੂੰ ਗੱਡੀ ਨੂੰ ਮੁੜ ਕੇ ਫੇਰ ਲੈਣ 'ਤੇ ਲਿਆਉਣ ਦੀ ਬਹੁਤ ਜ਼ਰੂਰਤ ਹੈ। ਜੀ 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 ਬਿਲਕੁਲ, ਗੱਡੀ ਜਿਹੜੀ ਹੈ ਉਹ ਲਿਆਉਣ ਦੀ ਲੋੜ ਹੈਗੀ ਹੈ। ਔਰ ਗੱਡੀ ਦੇ ਬਾਰੇ ਤਾਂ ਮੈਨੂੰ ਲੱਗਦਾ ਕਿ ਤੁਹਾਡੇ ਤੋਂ ਜ਼ਿਆਦਾ ਕੋਈ ਨਹੀਂ ਜਾਣ ਸਕਦਾ ਦਵਿੰਦਰ ਜੀ। ਸੋ ਤਮਾਮ ਜਿਹੜੀਆਂ ਗੱਲਾਂ ਇੱਥੇ ਦਵਿੰਦਰ ਸਿੰਘ ਬੈਂਸ ਹੋਰਾਂ ਨੇ ਕੀਤੀਆਂ, ਉਹਨਾਂ ਗੱਲਾਂ ਦੇ ਉੱਤੇ ਜਿਹੜੇ ਸਾਡੇ ਨਾਲ ਇੱਥੇ ਗੈਸਟ ਪਹੁੰਚੇ ਹਨ ਉਹ ਕੀ ਕੁਝ ਕਹਿਣਾ ਚਾਹੁੰਦੇ ਹਨ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਅਤੇ ਤਮਾਮ ਹੋਰ ਵੀ ਉਂਗੀਆਂ ਸ਼ਖਸੀਅਤਾਂ ਇੱਥੇ ਪਹੁੰਚੀਆਂ ਹੋਈਆਂ ਹਨ, ਉਹਨਾਂ ਨਾਲ ਵੀ ਮੈਂ ਤੁਹਾਨੂੰ ਤਾਰੂਫ ਕਰਾਵਾਂਗਾ ਅਤੇ ਮਿਲਵਾਵਾਂਗਾ ਅਤੇ ਉਹਨਾਂ ਦੇ ਵੀ ਵਿਚਾਰ ਅਸੀਂ ਰੱਖਾਂਗੇ ਇਸ ਮੰਚ ਦੇ ਉੱਤੇ। ਫਿਲਹਾਲ ਮੈਂ ਇੱਕ ਬ੍ਰੇਕ ਲਈ ਇੱਥੇ ਰੁਕ ਰਿਹਾ ਔਰ ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ, ਲਵਾਂਗੇ ਉਹਨਾਂ ਸਾਰੇ ਸਵਾਲਾਂ ਦਾ ਜਵਾਬ। ਸਵਾਗਤ ਹੈ ਸਾਡੇ ਸਾਰੇ ਦਰਸ਼ਕਾਂ ਦਾ ਜਸ ਕਸ ਕ੍ਰੋਸ ਕੰਟਰੀ ਰੋਡ ਟ੍ਰਿਪ 2019 ਪਾਵਰਡ ਬਾਏ ਸਲਿੰਗ ਦੇ ਵਿੱਚ, ਜਿੱਥੇ ਅਸੀਂ ਟਰਲਕ ਕੈਲੀਫੋਰਨੀਆ ਵਿਖੇ ਦਵਿੰਦਰ ਸਿੰਘ ਬੈਂਸ ਹੋਰਾਂ ਨਾਲ ਮੁਲਾਕਾਤ ਕਰ ਰਹੇ ਹਾਂ। ਮੇਰੇ ਨਾਲ ਜਸਪ੍ਰੀਤ ਕੌਰ ਮੌਜੂਦ ਹਨ ਅਤੇ ਨਾਲ ਉਹਨਾਂ ਦੇ ਨਾਲ ਮੌਜੂਦ ਹਨ ਜਸਪ੍ਰੀਤ ਕੌਰ। ਜਕਾਰਾ ਮੂਵਮੈਂਟ ਤੋਂ ਤਾਰੁਫ ਮੈਂ ਤੁਹਾਨੂੰ ਕਰਾ ਦਾਂ ਕਿ ਜਿਹੜੀ ਜਕਾਰਾ ਮੂਵਮੈਂਟ ਹੈਗੀ ਹੈ ਬੇਸਿਕਲੀ ਉਹ ਕਰਦੀ ਕੀ ਹੈਗੀ ਹੈ ਔਰ ਜਕਾਰਾ ਮੂਵਮੈਂਟ ਕਿਵੇਂ ਰਿਕੋਗਨੀਸ਼ਨ ਦੇ ਲਈ ਵਚਨਬੰਧ ਹੋ ਰਹੀ ਹੈ। ਸੋ ਆਈ ਵੁੱਡ ਲਾਈਕ ਟੂ ਨੋ ਅਬਾਊਟ 550th ਬਰਥ ਐਨੀਵਰਸਰੀ ਐਂਡ ਫੋਰ ਸ਼ੋਰ ਅਬਾਊਟ ਜਕਾਰਾ ਮੂਵਮੈਂਟ। ਜਸਪ੍ਰੀਤ, ਓਵਰ ਟੂ ਯੂ। ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ 550th ਬਰਥਡੇ ਦੀ ਬਹੁਤ ਬਹੁਤ ਵਧਾਈਆਂ ਆ।
ਅਸੀਂ ਇੱਕ ਜਗਾਰਾ ਮੂਵਮੈਂਟ ਦੇ ਕਮਿਊਨਿਟੀ ਆਰਗੇਨਾਈਜ਼ਰ ਹੈ। ਜਗਾਰਾ ਮੂਵਮੈਂਟ ਇੱਕ ਗੁਰਮਤ ਇੰਸਪਾਇਰਡ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਕੈਲੀਫੋਰਨੀਆ ਬੇਸਡ, ਵੇਅਰ ਵੀ ਇਨਵੋਲਵ ਆਪਣੇ ਜਿਹੜੇ ਯੰਗਰ ਜਨਰੇਸ਼ਨ, ਸਾਡੀ ਯੂਥ, ਹਾਈ ਸਕੂਲ, ਕਾਲਜ ਯੂਥ ਨੂੰ ਅਸੀਂ ਇਨਵੋਲਵ ਰੱਖਦੇ ਹਾਂ ਸੋਸ਼ਲ ਐਕਟਿਵਿਜ਼ਮ, ਕਮਿਊਨਿਟੀ ਆਰਗੇਨਾਈਜ਼ਿੰਗ ਦੇ ਵਿੱਚ। ਸਾਡਾ ਬਹੁਤ ਵੱਡਾ ਪੁਸ਼ ਆ ਰਿਹਾ ਆ ਸੈਂਸਸ 2020, ਸੋ ਜਿਹੜੀ ਮਰਦਮਸ਼ੁਮਾਰੀ ਅਗਲੇ ਸਾਲ ਨੂੰ ਹੋ ਰਹੀ ਆ, ਉਹਦੇ ਵਿੱਚ ਸਾਨੂੰ ਸਾਰੀ ਸੰਗਤਾਂ ਨੂੰ ਇਹ ਬੇਨਤੀ ਆ ਵੀ ਸਾਰੇ ਸੰਘ ਸ਼ਾਮਿਲ ਹੋਣ ਮਰਦਮਸ਼ੁਮਾਰੀ ਦੇ ਵਿੱਚ। ਬਹੁਤ ਦਰ ਸੋ ਮੈਨੀ ਇਵੈਂਟਸ, ਜਿਹੜੀ ਸਿੱਖ ਅਵੇਅਰਨੈਸ ਦੇ ਇਵੈਂਟ ਬਹੁਤ ਸਾਰੇ ਹੋ ਰਹੇ ਆ। ਸਭ ਤੋਂ ਵੱਡੀ ਅਵੇਅਰ ਇਹ ਤੋਂ ਜਿਹੜੀ ਸੈਂਸਸ ਆ ਉਹ ਤੋਂ ਵੱਡੀ ਕੋਈ ਅਵੇਅਰਨੈਸ ਨਹੀਂ ਹੋ ਸਕਦੀ ਜਿਹੜੀ ਆਪਾਂ ਇੱਕ ਗਵਰਨਮੈਂਟ ਪੋਲੀਟੀਕਲੀ ਦੇ ਵਿੱਚ ਆਪਾਂ ਇਨਵੋਲਵ ਹੋ ਸਕਦੇ ਹਾਂ। ਆਪਣੀ ਗਿਣਤੀ ਪੰਜਾਬੀਆਂ ਦੀ, ਸਿੱਖਾਂ ਦੀ ਗਿਣਤੀ ਬਹੁਤ ਜ਼ਰੂਰੀ ਆ। ਸੋ ਅਗੇਨ ਅਗਲੇ ਸਾਲ ਨੂੰ ਜਿਹੜੀ ਸੈਂਸਸ ਆ ਜ਼ਰੂਰ ਉਹਦੇ ਵਿੱਚ ਸ਼ਾਮਿਲ ਹੋਣ। ਅਤੇ ਦੂਜੀ ਜਿਹੜੀ ਅਸੀਂ ਗੱਲ ਕਰਨਾ ਚਾਹੋਂਗੇ ਇੱਕ ਬਰਾਬਰਤਾ ਦਾ, ਗੁਰੂ ਨਾਨਕ ਦੇਵ ਜੀ ਨੇ ਇੱਕ ਜਿਹੜਾ ਬਰਾਬਰਤਾ ਆ ਉਹ ਉਸ ਬਾਰੇ ਬਹੁਤ ਸਿੱਖਿਆ ਦਿੱਤੀ ਆ, ਐਜ਼ ਐਨ ਜੈਂਡਰ ਇਕੁਆਲਿਟੀ ਸਪੈਸ਼ਲੀ ਬਿਟਵੀਨ ਮੈਨ ਐਂਡ ਵੁਮੈਨ। ਬਹੁਤ ਸਾਰੇ ਅੱਜ ਕੱਲ੍ਹ ਇਹ ਜਿਹੜੀ ਸਿੱਖਿਆ ਨਹੀਂ ਫੋਲੋ ਕਰ ਰਹੇ ਆ, ਭਾਵੇਂ ਆਪਣੇ ਘਰਾਂ ਦੇ ਵਿੱਚ ਆ ਜਾਂ ਆਪਣੇ ਗੁਰਦੁਆਰਿਆਂ ਦੇ ਵਿੱਚ ਆ ਨਹੀਂ ਫੋਲੋ ਹੋ ਰਹੀ ਆ। ਸੋ ਬਹੁਤ ਇਹ ਸਾਡੀ ਬੇਨਤੀ ਆ ਵੀ ਯੂ ਨੋ ਆਪਣੀ ਜਿਹੜੀ ਸਪੈਸ਼ਲੀ ਜਿਹੜੀ ਯੰਗਰ ਜਨਰੇਸ਼ਨ ਆ ਆਪਣੀ ਬੀਬੀਆਂ ਨੂੰ, ਆਪਣੀ ਯੰਗ ਕੁੜੀਆਂ ਨੂੰ ਅੱਗੇ ਲਿਆਉਣ, ਰਿਮਾਈਂਡ ਦੈਮ ਆਫ ਦ ਰੋਲ ਮਾਡਲਸ ਦੈਟ ਕੇਮ ਬਿਫੋਰ ਦੈਮ, ਰਿਮਾਈਂਡ ਦੈਮ ਆਫ ਬੀਬੀ ਦੀਪ ਕੌਰ, ਆਫ ਮਾਈ ਪਾਗੋ, ਆਫ ਮਾਤਾ ਗੁਜਰੀ, ਕਿੰਨੇ ਸਾਰੇ ਸਾਡੇ ਰੋਲ ਮਾਡਲਸ ਹੈ। ਤਾਂ ਉਹਨਾਂ ਨੂੰ ਇੱਕ ਇੰਕਰੇਜਮੈਂਟ ਦਿਓ, ਤੁਸੀਂ ਇੱਕ ਹੌਸਲਾ ਦਿਓ ਆਪਣੀਆਂ ਯੰਗ ਕੁੜੀਆਂ ਨੂੰ ਸਪੈਸ਼ਲੀ ਵੀ ਯੂ ਨੋ ਵੀ ਅੱਗੇ ਵਧਣ। ਉਹ ਵਧੀਆ ਗੱਲ ਗਈ ਜਿੱਥੇ ਗੁਰੂ ਸਾਹਿਬ ਵੀ ਕਹਿੰਦੇ ਸੀਗੇ ਸੋ ਕਿਉਂ ਮੰਦਾ ਆਖੀਏ ਜਦ ਜੰਮੇ ਰਾਜਾਂ, ਤਾਂ ਉਹ ਸਿਧਾਂਤ ਜਿਹੜਾ ਸਾਨੂੰ ਗਰਾਊਂਡ ਲੈਵਲ ਦੇ ਉੱਤੇ ਫੋਲੋ ਕਰਨਾ ਚਾਹੀਦਾ। ਨਵਰਾਜ ਕੌਰ ਤੁਹਾਡੇ ਨਾਲ ਮੌਜੂਦ ਹਨ, ਉਹ ਕੀ ਕੁਝ ਕਹਿਣਾ ਚਾਹੁੰਦੇ ਹਨ? ਆਈ ਵਿਲ ਡੈਫੀਨੇਟਲੀ ਵਾਂਟ ਟੂ ਨੋ ਅਬਾਊਟ ਜਕਾਰਾ ਮੂਵਮੈਂਟ ਐਂਡ ਹਰ ਓਪੀਨੀਅਨ ਐਜ਼ ਵੈਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰੈਫਰ ਕਰਨਾ ਗੱਲ ਜਿਹੜੀ ਅੰਕਲ ਜੀ ਨੇ ਪਹਿਲਾਂ ਕਹੀ ਸੀ, ਮਾਨਸਿਕ ਤੌਰ 'ਤੇ ਜਿਹੜੀ ਸਾਡੀ ਕੌਮ ਗੁਲਾਮ ਬਣੀ ਆ ਹੁਣੇ। ਅਸੀਂ ਗੁਰੂ ਨਾਨਕ ਦੇਵ ਜੀ ਦੇ ਤਿੰਨ ਪਿੱਲਰ ਤਾਂ ਸਾਨੂੰ ਸਾਰਿਆਂ ਨੂੰ ਪਤਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਪਰ ਅਸੀਂ ਉਹ ਗੱਲ ਭੁੱਲ ਗਏ ਹਾਂ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵ ਦੇ, ਕਿ ਅਸੀਂ ਕਿਸੇ ਦੇ ਅਧੀਨ ਰਹਿ ਕੇ ਨਹੀਂ ਚੱਲਣਾ। ਸਭ ਤੋਂ ਵੱਡਾ ਮੁੱਦਾ ਸਾਡੀ ਕੌਮ 'ਚ ਹੁਣ ਸੋਵਰਨਟੀ ਦਾ ਆ। ਜੇ ਤੁਹਾਡੇ ਜੇ ਤੁਸੀਂ ਸੋਵਰਨ ਨਹੀਂ ਹੈਗੇ ਫਿਜ਼ੀਕਲੀ ਜਾਂ ਮੈਂਟਲੀ, ਉਹੀ ਗੱਲ ਮਾਨਸਿਕ ਗੁਲਾਮੀ ਵਾਲੀ, ਤਾਂ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਦੈਟਸ ਨੋਟ ਪੋਸੀਬਲ। ਜਦੋਂ ਤੱਕ ਤੁਸੀਂ ਮਾਨਸਿਕ ਤੌਰ 'ਤੇ ਅਤੇ ਫਿਜ਼ੀਕਲ ਤੌਰ 'ਤੇ ਤੁਸੀਂ ਸੋਵਰਨ ਨਹੀਂ ਹੈਗੇ, ਉਦੋਂ ਤੱਕ ਤੁਸੀਂ ਕਹਿ ਲਓ ਜਿੱਦਾਂ ਅੱਜ ਤੁਸੀਂ ਗੱਲ ਕਰ ਰਹੇ ਹੋ ਪੋਲੀਟੀਕਲੀ ਅੱਗੇ ਆਉਣਾ ਜਾਂ ਕਿਸੇ ਵੀ ਹੋਰ ਤਰੀਕੇ 'ਚ ਆਪਣੀ ਰੈਕਗਨਾਈਜੇਸ਼ਨ ਕਰਨੀ, ਜਦ ਤੱਕ ਤੁਸੀਂ ਸੋਵਰਨ ਨਹੀਂ ਹੈਗੇ ਜਦ ਤੱਕ ਉਦੋਂ ਤੱਕ ਇਹ ਚੀਜ਼ਾਂ ਨਹੀਂ ਹੋ ਸਕਦੀਆਂ। ਤਾਂ ਸਾਨੂੰ ਸਾਰਿਆਂ ਨੇ ਗੁਰੂ ਨਾਨਕ ਦੇਵ ਜੀ ਦੇ ਤਿੰਨ ਪਿੱਲਰ ਯਾਦ ਨੇ, ਪਰ ਇਹ ਚੀਜ਼ ਨਾਲ ਰੱਖ ਕੇ ਚੱਲਣੀ ਚਾਹੀਦੀ ਆ ਕਿ ਅਸੀਂ ਕਿਸੇ ਦੇ ਅਧੀਨ ਨਹੀਂ ਰਹਿਣਾ, ਹਮੇਸ਼ਾ ਸੋਵਰਨ ਰਹਿਣਾ। ਸਾਡੀ ਕੌਮ ਹਮੇਸ਼ਾ ਆਜ਼ਾਦ ਸੋਚ ਰੱਖਦੀ ਆਈ ਆ ਅਤੇ ਸਾਨੂੰ ਆਜ਼ਾਦ ਸੋਚ ਰੱਖ ਕੇ ਹੀ ਅੱਗੇ ਚੱਲਣਾ ਪੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਨਵਰਾਜ ਕੌਰ। ਮੇਰੇ ਨਾਲ ਅੰਮ੍ਰਿਤ ਕੌਰ ਢਿੱਲੋਂ ਜੀ ਮੌਜੂਦ ਹਨ, ਕਮਿਊਨਿਟੀ ਐਕਟਿਵਿਸਟ ਹਨ ਔਰ ਸਕਸੈਸਫੁਲ ਬਿਜ਼ਨਸ ਐਂਟਰਪ੍ਰਨੋਰ ਹਨ। ਉਹਨਾਂ ਦੇ ਨਾਲ ਜਿਵੇਂ ਕਹਿੰਦੇ ਹਨ ਕਿ ਅਸੀਂ ਐਵਰੀ ਸਕਸੈਸਫੁਲ ਮੈਨ, ਉਹਨਾਂ ਦੇ ਬਿਹਾਈਂਡ ਦੇ ਵਿੱਚ ਇੱਕ ਵੁਮੈਨ ਜ਼ਰੂਰ ਹੁੰਦੀ ਹੈ, ਅਤੇ ਉਹਨਾਂ ਦੇ ਨਾਲ ਹੀ ਮੌਜੂਦ ਅੰਮ੍ਰਿਤ ਕੌਰ ਜੀ ਜੋ ਕਿ ਵਾਈਫ ਹਨ ਦਵਿੰਦਰ ਸਿੰਘ ਬੈਂਸ ਹੋਰਾਂ ਦੇ, ਉਹ ਵੀ ਅੰਮ੍ਰਿਤ ਕੌਰ ਢਿੱਲੋਂ ਜੀ ਹੋਰਾਂ ਨਾਲ ਮੌਜੂਦ ਹਨ। ਮੈਂ ਹੁਣ ਪ੍ਰਤੀਕਰਮ ਲੈਣਾ ਚਾਹਾਂਗਾ ਅੰਮ੍ਰਿਤ ਕੌਰ ਢਿੱਲੋਂ ਜੀ ਹੋਰਾਂ ਤੋਂ ਜੋ ਕਿ ਕਮਿਊਨਿਟੀ ਐਕਟਿਵਿਸਟ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਿੱਖ ਜਗਤ ਨੂੰ, ਨਾਨਕ ਲੇਵ ਸੰਗਤ ਨੂੰ ਅਤੇ ਜਸ ਪੰਜਾਬੀ ਦੇ ਸਾਰੇ ਸਰੋਤ ਸੁਣ ਰਹੇ ਸਰੋਤਿਆਂ ਨੂੰ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਭਾਅ ਜੀ ਦਵਿੰਦਰ ਸਿੰਘ ਬੈਂਸ ਅਤੇ ਭੈਣ ਜੀ ਅੰਮ੍ਰਿਤ ਕੌਰ ਬੈਂਸ ਜੋ ਮੇਰੇ ਨਾਲ ਹੀ ਬੈਠੇ ਹਨ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇੱਥੇ ਸੱਦ ਕੇ ਮਾਣ ਬਖਸ਼ਿਆ, ਨਿਵਾਜਿਆ, ਤਾਂ ਕਿ ਅਸੀਂ ਲਾਈਵ ਹੋ ਕੇ ਜਸ ਪੰਜਾਬੀ ਦੇ ਉੱਤੇ ਆਪਣਾ ਜੋ ਮਨੋ ਭਾਵਨਾ ਸੀ, ਜੋ ਮੈਸੇਜ ਸੀ, ਅਸੀਂ ਸਾਂਝਾ ਕਰ ਰਹੇ ਹਾਂ। ਸੋ ਮੇਰਾ ਵੀ ਇਹ ਮੈਸੇਜ ਹੈ ਸਾਰਿਆਂ ਨੂੰ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਸਾਨੂੰ ਸੁਨੇਹਾ ਸੀ, ਜੋ ਉਹਨਾਂ ਦੇ ਸਿਧਾਂਤ ਸੀਗੇ ਕਿ ਸਾਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ ਅਤੇ ਸਾਨੂੰ ਸਾਰਿਆਂ ਨੂੰ ਪਿਆਰ ਕਰਨਾ ਚਾਹੀਦਾ, ਕਿਉਂਕਿ ਗੁਰੂ ਜੀ ਸਾਰਿਆਂ ਦੇ ਹਿਰਦੇ ਵਿੱਚ ਵੱਸਦੇ ਹਨ। ਸੋ ਸਾਨੂੰ ਉਹਨਾਂ ਦੇ 550 ਜੋ ਬਰਥਡੇ, ਉਹਨਾਂ ਦਾ ਆਗਮਨ ਪੁਰਬ ਸੰਗਤਾਂ ਬਹੁਤ
ਵਰਲਡ ਲੈਵਲ 'ਤੇ ਮਨਾ ਰਹੇ ਹਨ, ਜ਼ਰੂਰ ਇੱਕੋ ਹੀ ਗੱਲ ਮੇਰਾ ਮੈਸੇਜ ਹੈ, ਅਡੋਪਟ ਕਰੀਏ ਤਾਂ ਕਿ ਅਸੀਂ ਈਗੋ ਨੂੰ, ਨਫ਼ਰਤ ਨੂੰ ਤਿਆਗ ਕੇ ਅਤੇ ਅਸੀਂ ਪ੍ਰੇਮ ਨੂੰ ਅਡੋਪਟ ਕਰੀਏ, ਕਿਉਂਕਿ ਗੁਰੂ ਜੀ ਸਾਡੇ ਹਿਰਦਿਆਂ ਵਿੱਚ ਵੱਸਦੇ ਹਨ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੀ ਬਣਾਈ ਹੋਈ ਮਾਨਵਤਾ ਦੇ ਨਾਲ ਪਿਆਰ ਕਰੀਏ। ਸੋ ਬੱਚੀਆਂ ਨੇ ਬਹੁਤ ਕੁਛ ਕਿਹਾ, ਕਿਉਂਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਕਿਉਂਕਿ ਜੋ ਬੱਚੀਆਂ ਹੈ, ਜੋ ਬੀਬੀਆਂ ਹੈ, ਸਾਨੂੰ ਸਾਰਿਆਂ ਨੂੰ ਅਗਾਂਹ ਹੋ ਕੇ ਪੁਰਸ਼ਾਂ ਦੇ ਨਾਲ, ਆਪਣੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਰ ਕੰਮ ਕੌਮ ਦੇ ਲਈ ਐਕਟਿਵ ਹੋ ਕੇ ਕਰਨਾ ਚਾਹੀਦਾ ਹੈ। ਸੇ ਕੋਈ ਵੀ ਸਾਡੇ ਵਿੱਚ ਡਿਫਰੈਂਸ ਨਹੀਂ ਹੋਣੇ ਚਾਹੀਦੇ ਕਿ ਅਸੀਂ ਔਰਤਾਂ ਆਹ ਨਹੀਂ ਕਰ ਸਕਦੀਆਂ, ਕਿਉਂਕਿ ਸਾਨੂੰ ਗੁਰੂ ਸਾਹਿਬ ਜੀ ਨੇ ਬਰਾਬਰ ਹੱਕ ਦਿੱਤੇ ਹਨ। ਸੋ ਇੱਥੇ ਹੀ ਮੈਂ ਸਾਰੀ ਸੰਗਤ ਨੂੰ ਦੁਬਾਰਾ ਗੁਰੂ ਜੀ ਦੇ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਹੋਈ ਸਮਾਪਤੀ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਸਾਡੇ ਕੋਲ ਜ਼ਿਆਦਾ ਨਹੀਂ ਹੈਗਾ, ਲੇਕਿਨ ਫਿਰ ਵੀ ਮੈਂ ਆਪਣੇ ਗੈਸਟਾਂ ਤੋਂ ਅਪੀਲ ਕਰਾਂਗਾ ਕਿ ਤੁਸੀਂ ਵੀ ਆਪਣੇ ਵਿਚਾਰ ਰੱਖਿਓ। ਸਰਦਾਰ ਮਨਜੀਤ ਸਿੰਘ ਜੀ ਇੱਥੇ ਮੌਜੂਦ ਹਨ, ਜਿਨ੍ਹਾਂ ਦਾ ਟਰੱਕਿੰਗ ਅਤੇ ਫਾਰਮਿੰਗ ਦਾ ਬਿਜ਼ਨਸ ਹੈਗਾ, ਅਤੇ ਸ਼ੋਰਟ ਤੁਸੀਂ ਆਪਣੀ ਗੱਲ ਰੱਖਿਓ ਤਾਂ ਕਿ ਅਸੀਂ ਆਪਣੀ ਜਿਹੜੀ ਆਡੀਅੰਸ ਹੈਗੀ ਅਤੇ ਨਾਲ ਦਵਿੰਦਰ ਸਿੰਘ ਬੈਂਸ ਹੋਰਾਂ ਨਾਲ ਵੀ ਅਸੀਂ ਇਸ ਪ੍ਰੋਗਰਾਮ ਨੂੰ ਸਮਾਪਤ ਕਰਕੇ, ਜਿਹੜਾ ਸਾਡਾ ਸਫ਼ਰ ਸ਼ੁਰੂ ਹੋਇਆ ਸੀਗਾ ਨਿਊਯਾਰਕ ਤੋਂ ਕੈਲੀਫੋਰਨੀਆ ਦਾ, ਔਰ ਕੈਲੀਫੋਰਨੀਆ ਤੋਂ ਵਾਪਸ ਅਸੀਂ ਔਰ ਵੱਖ ਵੱਖ ਸਟੇਟ ਦੇ ਉੱਤੇ ਜਾਣਾ, ਲੇਕਿਨ ਮੈਂ ਚਾਹਾਂਗਾ ਕਿ ਮਨਜੀਤ ਸਿੰਘ ਜੀ ਤੁਸੀਂ ਆਪਣੇ ਵਿਚਾਰ ਛੇਤੀ ਰੱਖਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਨੂੰ, ਸਮੂਹ ਜਗਤ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਜਿੱਥੇ ਅਸੀਂ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਵੱਲ ਧਿਆਨ ਦੇਣ ਦੀ ਲੋੜ ਹੈ। ਗੁਰੂ ਸਾਹਿਬ ਸਮਾਜਿਕ ਅਤੇ ਰਾਜਨੀਤਿਕ ਕੁਰੀਤੀਆਂ ਅਤੇ ਧੱਕੇਸ਼ਾਹੀਆਂ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਹਮੇਸ਼ਾ ਸੱਚ ਦਾ ਸਾਥ ਦੇਣ ਵਾਸਤੇ ਸਾਨੂੰ ਪ੍ਰੇਰਨਾ ਕੀਤੀ। ਬਿਲਕੁਲ, ਸਾਨੂੰ ਗੁਰੂ ਸਾਹਿਬ ਹਮੇਸ਼ਾ ਇਹੀ ਗੱਲ ਸਿਖਾਉਂਦੇ ਚਲੇ ਗਏ। ਜਿੱਥੇ ਅੱਜ ਇਸ ਗੱਲ ਦਾ ਧਿਆਨ ਰੱਖਦੇ ਹੋਏ ਜਿਹੜੇ ਤਮਾਮ ਐਂਟਰਪ੍ਰੀਨੋਰ ਹਨ, ਜਿਵੇਂ ਕਿ ਮਨਜੀਤ ਸਿੰਘ ਜੀ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਇਸ ਨੂੰ ਅਪਣਾ ਰਹੇ ਹਨ, ਅਤੇ ਉੱਥੇ ਹੀ ਸਾਡੇ ਨਾਲ ਹਰਸਿਮਰਨ ਸਿੰਘ ਮੌਜੂਦ ਹਨ, ਉਹਨਾਂ ਨਾਲ ਵੀ ਅਸੀਂ ਵਿਚਾਰ ਜ਼ਰੂਰ ਕਰਨਾ ਚਾਹਾਂਗੇ ਕਿ ਕਿਵੇਂ ਯੂਥ ਨੂੰ ਅੱਗੇ ਲਿਆਇਆ ਜਾਵੇ, ਅਤੇ ਨਾਲ ਹੀ ਜਿਹੜਾ ਬਿਜ਼ਨਸ ਹੈਗਾ ਉਹਦੇ ਵਿੱਚ ਜਿਹੜੀ ਸੋਚ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਸੀਗੀ ਉਹ ਕਿਸ ਤਰੀਕੇ ਦੀ ਰੱਖਣੀ ਚਾਹੀਦੀ ਹੈ, ਕਿਸ ਤਰੀਕੇ ਦੀ ਨੀਅਤ ਹੋਣੀ ਚਾਹੀਦੀ ਹੈ। ਓਵਰ ਟੂ ਯੂ ਹਰਸਿਮਰਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਦਾ ਇਹ ਜਿਹੜਾ ਮੌਕਾ ਵਾ ਉਹਦੇ ਉੱਤੇ ਮੈਂ ਜ਼ਰੂਰ ਇੱਕ ਦੋ ਮਿੰਟ ਤੁਹਾਡੇ ਕੁਐਸਚਨ ਤੋਂ ਪਹਿਲਾਂ ਕਹਿਣਾ ਚਾਹੁੰਦਾ ਕਿ ਤੁਸੀਂ ਇੱਕ ਵਾਰੀ ਸੋਚ ਕੇ ਵੇਖੋ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਉੱਤੇ ਕਿਵੇਂ ਟੁੱਟ ਕੇ ਸਾਡੇ ਉੱਤੇ ਇੰਨੀ ਕਿਰਪਾ ਕੀਤੀ ਕਿ ਅੱਜ ਅਸੀਂ ਜੋ ਵੀ ਸਿੱਖੇ 'ਤੇ ਪਹੁੰਚੇ ਹਾਂ, ਅਸੀਂ ਰੁਲਦੇ ਫਿਰਦੇ ਸੀਗੇ ਉੱਥੇ, ਸਾਡੇ 'ਤੇ ਕਿਰਪਾ ਕਰਕੇ ਸਾਨੂੰ ਸਿੱਖੀ 'ਚ ਲੈ ਕੇ ਆਉਂਦਾ, ਅਤੇ ਉਸੀ ਸਿੱਖੀ ਦੇ ਵਿੱਚ ਆਉਣ ਕਰਕੇ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਆਏ। ਇਹ ਸਿਰਫ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਸਰਕਾ ਪਰਮਾਤਮਾ ਨੇ ਉਹਨਾਂ ਨੂੰ ਭੇਜਿਆ, ਅਤੇ ਸਾਨੂੰ ਉੱਥੇ ਰੁਲਦਿਆਂ ਨੂੰ, ਦਬਲਿਆਂ ਕੁਚਲਿਆਂ ਨੂੰ ਇਹ ਜਿਹੜੀਆਂ ਬਾਦਸ਼ਾਹੀਆਂ ਬਖਸ਼ੀਆਂ ਜਿਹੜੀਆਂ ਅੱਜ ਅਸੀਂ ਮਾਣ ਰਹੇ ਹਾਂ। ਸੋ ਸਾਨੂੰ ਜਿੰਨਾ ਵੀ ਆਪਣੇ ਦਿਲੋਂ ਇਹ ਆਪਾਂ ਸ਼ੁਕਰਗੁਜ਼ਾਰ ਹੋ ਸਕਦੇ ਹਾਂ, ਸਾਨੂੰ ਉਹ ਤੋਂ ਵੀ ਵੱਧ ਹੋਣਾ ਚਾਹੀਦਾ। ਇਹ ਸਿਰਫ ਗੁਰੂ ਨਾਨਕ ਕਰਕੇ ਪਾਤਸ਼ਾਹ ਨੇ ਸਾਨੂੰ ਟੁੱਟ ਕੇ ਸਾਡੇ 'ਤੇ ਕਿਰਪਾ ਕੀਤੀ। ਬਾਕੀ ਜਿੱਥੇ ਸਾਡੇ 'ਤੇ ਸਾਰੀ ਕਿਰਪਾ ਕੀਤੀ ਉਹ 'ਤੇ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਕੋਈ ਵੀ ਕੰਮ ਕਰਦੇ ਹੋ, ਤੁਸੀਂ ਜੋਬ ਕਰਦੇ ਹੋ, ਤੁਹਾਡਾ ਆਪਣਾ ਬਿਜ਼ਨਸ ਆ, ਜਿਹੜੇ ਤੁਹਾਡੇ ਐਥਿਕ ਆ, ਜਿਹੜੇ ਸਿੱਖ ਸਿਧਾਂਤਾਂ ਦੇ ਮੁਤਾਬਕ ਆ, ਉਹਨਾਂ ਨੂੰ ਬਿਲਕੁਲ ਅੱਗੇ ਰੱਖ ਕੇ ਚੱਲੋ, ਕਿਉਂਕਿ ਲਾਲੋ ਵਾਲੀ ਅਤੇ ਜਿਹੜੀ ਦੂਸਰੀ ਕਹਾਣੀ ਗੁਰੂ ਨਾਨਕ ਪਾਤਸ਼ਾਹ ਨੇ ਬੇਸਿਕਲੀ ਉਹਦਾ ਮਤਲਬ ਹੀ ਇਹੋ ਸੀਗਾ ਕਿ ਹੱਕ ਹਲਾਲ ਦੀ ਕਰਕੇ ਖਾਣੀ ਆ। ਅਸੀਂ ਆਪਣੇ ਹੱਕ ਹਲਾਲ ਦੀ ਕਮਾਈ ਨੂੰ ਇੱਕ ਛੋਟੀ ਜਿਹੀ ਗਲਤੀ ਕਰਕੇ ਹਰਾਮ ਕਰ ਲੈਂਦੇ ਹਾਂ। ਸੋ ਮੇਰੀ ਸਭ ਨੂੰ ਬੇਨਤੀ ਆ ਕਿ ਹੱਕ ਹਲਾਲ ਦਾ ਖਾਓ। ਗੁਰੂ ਮਹਾਰਾਜ ਬੜੇ ਕਿਰਪਾ ਨੇ, ਤੁਹਾਡੇ 'ਤੇ ਕਿਰਪਾ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਮਿੰਦਰ ਸਿੰਘ ਦਿਓਲ ਸਾਡੇ ਨਾਲ ਮੌਜੂਦ ਹਨ, ਵਾਈਸ ਪ੍ਰੈਜ਼ੀਡੈਂਟ ਹਨ ਟਰਲਕ ਗੁਰਦੁਆਰਾ ਸਾਹਿਬ ਦੇ, ਕੀ ਕੁਝ ਵਿਚਾਰ ਰੱਖਣਾ ਚਾਹੁੰਗੇ? ਇੱਕ ਵਾਰੀ ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਦਾਸ ਫਿਰ ਇੱਕ ਵਾਰੀ ਸਾਰੀ ਸੰਗਤ ਵੱਲੋਂ, ਸਾਰੀ ਗਲੋਬ 'ਤੇ ਸਿੱਖ ਕੌਮ ਜਿਹੜੀ ਵੱਸਦੀ ਹੈ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦਾ 550ਵੇਂ ਪ੍ਰਕਾਸ਼ ਉਤਸਵ 'ਤੇ ਬਹੁਤ ਬਹੁਤ ਵਧਾਈ। ਔਰ ਮੈਂ ਇੱਕ ਵਾਰੀ ਫਿਰ ਬੈਂਸ ਪਰਿਵਾਰ ਨੂੰ, ਭਾਅ ਜੀ ਦਵਿੰਦਰ ਸਿੰਘ ਬੈਂਸ ਔਰ ਭੈਣ ਜੀ ਅੰਮ੍ਰਿਤ ਕੌਰ ਬੈਂਸ, ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕਰਦਾ ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਇੱਥੇ ਇਕੱਠੇ ਹੋਣ ਦਾ। ਅਤੇ ਔਰ ਇੱਕ ਗੱਲ ਮੈਂ ਹੋਰ, ਜਿਹੜੀ ਜਿਸ ਤਰ੍ਹਾਂ ਦੂਸਰੇ ਵੀਰਾਂ ਨੇ ਵੀ ਕਹੀ ਹੈ, ਬਈ ਆਪਾਂ ਜੋ ਵੀ ਹੈ ਆਪਾਂ ਇੱਕੋ ਧਰਤੀ ਤੋਂ ਆਏ ਹਾਂ, ਪੰਜਾਬ ਦੀ ਤੋਂ, ਅਤੇ ਦੇਖੋ ਕਿੱਥੇ ਆਪਾਂ ਕਿੱਥੇ 12,000 ਮੀਲ ਦੂਰ ਆਪਣਾ ਇਕੱਠੇ ਹੋਏ ਹਾਂ। ਸੋ ਇੱਕ ਦੂਸਰੇ ਨੂੰ, ਚਾਹੇ ਕੋਈ ਕਲੀਨ ਸ਼ੇਵਨ ਸਿੱਖ ਹੈ, ਚਾਹੇ ਕੋਈ ਆਪਣਾ ਬੈਪਟਾਈਜ਼ ਸਿੱਖ ਹੈ, ਇੱਕ ਦੂਸਰੇ ਨੂੰ ਪਿਆਰ ਅਤੇ ਸਤਿਕਾਰ ਨਾਲ ਦੇਖੋ,
ਇੱਕ ਦੂਸਰੇ ਨੂੰ ਪਿਆਰ ਅਤੇ ਸਤਿਕਾਰ ਨਾਲ ਉਹਨੂੰ ਮਿਲੋ ਅਤੇ ਜੇ ਕੋਈ ਗੱਲ ਵੀ ਹੈ ਤਾਂ ਆਪਣਾ ਕੋਈ ਬਿਲਕੁਲ ਇੱਦਾਂ ਦਾ ਵਿਤਕਰਾ ਨਾ ਕਰੋ। ਸੋ ਪਲੀਜ਼, ਇਹ ਬਹੁਤ ਹੀ ਜ਼ਰੂਰੀ ਆ। ਜੇ ਆਪਾਂ ਜਿਵੇਂ ਕਹਿੰਦੇ ਆ ਨਾ, ਚੈਰਿਟੀ ਸਟਾਰਟਸ ਐਟ ਹੋਮ, ਆਪਾਂ ਇਸ ਕੰਮ ਤੋਂ ਸ਼ੁਰੂ ਕਰੀਏ ਤਾਂ ਆਪਾਂ, ਮੇਰਾ ਖਿਆਲ ਹੈ ਇਹ ਚੀਜ਼ ਬਹੁਤ ਵੱਡੀ ਗੱਲ ਹੋ ਚੁੱਕੀ ਹੈ ਜਿਹੜੀ, ਵੀ ਆਪਾਂ ਇੱਕ ਦੂਸਰੇ ਨੂੰ ਪੂਰੇ ਪਿਆਰ ਅਤੇ ਸਤਿਕਾਰ ਨਾਲ ਚੱਲੀਏ। ਸੋ ਤਮਾਮ ਜਿਹੜੇ ਗੱਲ ਇੱਥੇ ਸੁਖਮਿੰਦਰ ਸਿੰਘ ਦਿਓਲ ਹੋਰਾਂ ਨੇ ਕਹੀ ਵਾਈਸ ਪ੍ਰੈਜ਼ੀਡੈਂਟ, ਕਿਉਂਕਿ ਸਮਾਂ ਮੇਰੇ ਕੋਲ ਘੱਟ ਹੈਗਾ ਅਤੇ ਮੈਂ ਵਿਚਾਰ ਜ਼ਰੂਰ ਲੈਣਾ ਚਾਹੁੰਦਾ। ਗੁਰਮੇਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੇ 550 ਪ੍ਰਕਾਸ਼ ਦੀਆਂ ਸਭ ਨੂੰ ਵਧਾਈਆਂ। ਮੇਰੇ ਕੋਲ ਟਾਈਮ ਨਹੀਂ ਹੈ, ਮੈਂ ਇੱਕ ਬੇਨਤੀ ਕਰਾਂਗਾ ਕਿ ਜਿਹੜੇ ਗੁਰਦੁਆਰਾ ਸਾਹਿਬ 'ਤੇ ਸੋਨਾ ਲਾਇਆ ਜਾਂਦਾ ਜਾਂ ਗੋਲਕਾਂ ਨੇ ਜਿਹੜੀਆਂ ਉਹ ਬੱਚਿਆਂ ਵਾਸਤੇ ਵਰਤੀਆਂ ਜਾਣ, ਇੰਨੀ ਕੁ ਸੋਚ ਸਿੱਖ ਨੂੰ ਜ਼ਰੂਰ ਰੱਖਣੀ ਚਾਹੀਦੀ। ਪੈਸਾ ਉੱਥੇ ਦਿਓ ਜਿਹੜਾ ਬੱਚਿਆਂ 'ਤੇ ਲੱਗੇ, ਵਰਨਾ ਦੂਜੇ ਪਾਸੇ ਨਾ ਲੱਗੇ, ਐਜੂਕੇਸ਼ਨ 'ਤੇ ਲੱਗੇ ਔਰ ਬੱਚਿਆਂ ਦੀਆਂ ਸਿਹਤਾਂ ਵਾਸਤੇ ਅਤੇ ਪੜ੍ਹਾਈ ਵਾਸਤੇ ਲੱਗਣਾ ਚਾਹੀਦਾ। ਇਹੀ ਮੇਰੀ ਅਪੀਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਵਿੰਦਰ ਜੀ, ਤੁਸੀਂ ਸਹਿਮਤੀ ਰੱਖਦੇ ਹੋ ਔਰ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਲਈ ਕੀ ਕੁਝ ਸੁਨੇਹਾ ਦੇਣਾ ਚਾਹੋਗੇ? ਬਹੁਤ ਸਹਿਮਤੀ ਰੱਖਦੇ ਹਾਂ ਸਾਰੇ, ਵੀ ਆਲਵੇਜ਼ ਲਰਨਸ ਫਰੋਮ ਦੀ ਆਡੀਅੰਸ। ਬੜਾ ਕੁਝ ਸਿੱਖਣ ਨੂੰ ਸਾਨੂੰ ਮਿਲਿਆ। ਮੇਰਾ ਤਾਂ ਅਖੀਰ ਦੇ ਵਿੱਚ ਇਹੀ ਕਹਿਣਾ ਹੈਗਾ ਸਾਰਿਆਂ ਨੂੰ, ਸਾਰੇ ਸਿੱਖ ਜਗਤ ਨੂੰ, ਜੇ ਅਸੀਂ ਵਾਕਈ ਗੁਰੂ ਨਾਨਕ ਪਾਤਸ਼ਾਹ ਨੂੰ ਅਸੀਂ ਮੰਨਦੇ ਹਾਂ, ਉਹਨਾਂ ਦਾ ਜਨਮ ਦਿਨ ਮਨਾਉਂਦੇ ਹਾਂ, ਉਹਨਾਂ ਦੀ ਸਿੱਖਿਆਵਾਂ ਮਨ 'ਚ ਉਤਾਰੀਏ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਤੇ ਲੜ ਲੱਗੀਏ, ਉਹਨੂੰ ਪੜ੍ਹੀਏ ਅਤੇ ਸਮਝਣ ਦੀ ਕੋਸ਼ਿਸ਼ ਕਰੀਏ ਅਤੇ ਮਨ ਅਸੀਂ ਇੰਨਾ ਦ੍ਰਿੜ ਰੱਖੀਏ, ਜੇ ਫਰਜ਼ ਕੀਤਾ ਤੁਹਾਨੂੰ ਇੱਥੇ ਬੈਠਿਆਂ ਨੂੰ ਕੋਈ ਕਹਿ ਦੇਵੇ ਨਾ ਉਹ ਬਾਹਰ ਗੁਰੂ ਨਾਨਕ ਆਇਆ, ਚਲੋ ਦਰਸ਼ਨ ਕਰੀਏ, ਉੱਠ ਕੇ ਨਾ ਜਾਇਓ, ਜੇ ਇਹ ਕਿਹੋ ਕਿ ਸਾਨੂੰ ਗੁਰੂ ਨਾਨਕ ਪਾਤਸ਼ਾਹ ਆਪਣੀ ਬਾਣੀ ਸ਼ਬਦ ਗੁਰੂ ਦੇ ਲੜ ਲਾ ਕੇ ਗਏ ਨੇ, ਬਾਹਰ ਜੇ ਕੋਈ ਆਇਆ ਕੋ ਭੇਖੀ ਹੋ ਸਕਦਾ ਹੈ, ਗੁਰੂ ਨਾਨਕ ਨਹੀਂ ਹੋ ਸਕਦਾ। ਇਹ ਮੇਰਾ ਮੈਸੇਜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਅਸੀਂ ਕਰਦੇ ਹਾਂ ਅਤੇ ਸਾਡੀ ਟੀਮ ਜਿਹੜੀ ਹੈਗੀ ਹੈ ਉਹ ਕੈਲੀਫੋਰਨੀਆ ਵਿਖੇ ਯੂਬਾ ਸਿਟੀ ਦੀ ਜਿਹੜੀ ਸਿੱਖ ਡੇ ਪਰੇਡ ਹੈਗੀ, ਨਗਰ ਕੀਰਤਨ ਹੈਗੀ ਹੈ, ਉਹਦੀ ਵੀ ਤਮਾਮ ਜਿਹੜੀ ਤਸਵੀਰਾਂ ਹਨ ਲਾਈਵ ਪ੍ਰਸਾਰਣ ਤੁਹਾਨੂੰ 1-2-3 ਤਰੀਕ ਨੂੰ ਵੇਖਣ ਨੂੰ ਮਿਲੇਗਾ। ਅਤੇ ਜਸ ਕ੍ਰੋਸ ਕੰਟਰੀ ਰੋਡ ਟ੍ਰਿਪ 2019 ਪਾਵਰਡ ਬਾਏ ਸਲਿੰਗ ਇਸੇ ਤਰੀਕੇ ਨਾਲ ਜਾਰੀ ਹੈ। ਮਿਲਾਂਗੇ ਅਸੀਂ ਕੱਲ੍ਹ ਤੁਹਾਨੂੰ ਇੱਕ ਨਵੇਂ ਟਾਊਨ ਦੇ ਵਿੱਚ ਔਰ ਇੱਕ ਨਵੀਂ ਸ਼ਖਸੀਅਤ ਦੇ ਨਾਲ ਅਤੇ ਨਾਲ ਰੱਖਾਂਗੇ ਉਹਨਾਂ ਦੇ ਨਾਲ ਮਸਲੇ, ਕਿਉਂਕਿ ਇਹੀ ਤਾਂ ਹੈ ਅੱਜ ਦਾ ਮੁੱਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।